ਸਰਬਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਜੈਨਸਾਬ ਜੈ ਵਿਗਿਆਨ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਅੱਛਾ ਸਰਬਜੀਤ ਜੀ ਗੱਲ ਸਟਾਰਟ ਕਰਦੇ ਆਂ ਸ੍ਰਿਸ਼ਟੀ ਦੀ ਉਤਪਤੀ ਤੋਂ ਬਹੁਤ ਇੰਟਰਸਟਿੰਗ ਤੁਹਾਡਾ ਇਹ ਜਿਹੜੀ ਤੁਸੀਂ ਕਿਤਾਬ ਲਿਖੀ ਹੈ ਦਾ ਨਾਮ ਵੀ ਬੜਾ ਇੰਟਰਸਟਿੰਗ ਹੈ ਸ੍ਰਿਸ਼ਟੀ ਦੀ ਉਤਪਤੀ ਭਗਵਾਨ ਬਨਾਮ ਵਿਗਿਆਨ ਸੋ ਭਗਵਾਨ ਦੇ ਖਿਲਾਫ ਵਿਗਿਆਨ ਕਿਵੇਂ ਹੋ ਗਿਆ ਪਹਿਲਾਂ ਤਾਂ ਇਹ ਸਮਝਾਓ ਕੋ ਭਗਵਾਨ ਦੇ ਖਿਲਾਫ ਵਿਗਿਆਨ ਹੋ ਨਹੀਂ ਸਕਦਾ ਕਿਉਂਕਿ ਭਗਵਾਨ ਹੈ ਨਹੀਂ ਅੱਛਾ ਇਹ ਸਿਰਫ ਜਿਹੜੀ ਮੰਨਣ ਵਾਲਿਆਂ ਲਈ ਹੈਗਾ ਹੈ ਹੂੰ ਠੀਕ ਆ ਉਹਨਾਂ ਦੀ ਇੱਕ ਮਹਾਨਤ ਹੈ ਜਿਹੜੀ ਭਗਵਾਨ ਬਨਾਵ ਵਿਗਿਆਨ ਇਹਦਾ ਅਸਲ ਮਕਸਦ ਮਤਲਬ ਇਹ ਆ ਕਿ ਜਿਹੜੇ ਲੋਕ ਰੱਬ ਨੂੰ ਮੰਨਣ ਵਾਲੇ ਆ ਧਰਮ ਨੂੰ ਮੰਨਣ ਵਾਲੇ ਆ ਧਾਰਮਿਕ ਗ੍ਰੰਥਾਂ ਦੇ ਵਿੱਚ ਸ੍ਰਿਸ਼ਟੀ ਦੇ ਉਤਪਤੀ ਬਾਰੇ ਕੀ ਲਿਖਿਆ ਹੈ ਹੂੰ ਉਹਨਾਂ ਦੇ ਮੁਤਾਬਕ ਭਗਵਾਨ ਨੇ ਪੈਦਾ ਕੀਤੀ ਆ ਅੱਛਾ ਇਸ ਕਰਕੇ ਉਹ ਭਗਵਾਨ ਬਨਾਵ ਵਿਗਿਆਨ ਹੋਗੀ ਹੂੰ ਤਕਰੀਬਨ 1857 ਤੱਕ ਇਹੀ ਇੱਕੋ ਇੱਕ ਵਿਊ ਹੀ ਪ੍ਰਚਲਿਤ ਸੀ ਹਮ ਸਾਰੀ ਦੁਨੀਆ ਦੇ ਵਿੱਚ ਕੁਝ ਇੱਕ ਇਹੋ ਜਿਹੇ ਹੋਏ ਮੌਕੇ ਜਦੋਂ ਬੁੱਧ ਨੇ ਚਾਰਵਾਕ ਨੇ ਸਵਾਲ ਉਠਾਏ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੋ ਪਦਾਰਥ ਹੋਇਆ ਇਸ ਤਰ੍ਹਾਂ ਹੀ ਪਦਾਰਥ ਤੋਂ ਪਦਾਰਥ ਚੱਲ ਰਿਹਾ ਹੈ ਪਰ ਉਹ ਅੱਗੇ ਪਪੂਲਰ ਨਹੀਂ ਹੋ ਸਕਿਆ ਕਿਉਂਕਿ ਕੋਈ ਉੱਤੇ ਸਰਟੀਫਿਕ ਰਿਸਰਚ ਨਹੀਂ ਹੋਈ 1869 ਦੇ ਵਿੱਚ ਆ ਕੇ ਚਾਰਲਸ ਡਾਰਵਿਨ ਦੀ ਕਿਤਾਬ ਆਉਂਦੀ ਆ ਓਰੀਜਿਨ ਆਫ ਸਪੀਸੀਜ਼ ਯੈਸ ਜਿਸ ਨੇ ਬਿਲਕੁਲ ਹਲਚਲ ਹੀ ਮਚਾ ਦਿੱਤੀ ਪੂਰੀ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਬਿਲਕੁਲ ਨਹੀਂ ਹੋਇਆ ਸੈਂਟੀਫਿਕਲੀ ਉਹਨੇ ਪ੍ਰੂਵ ਕਰਿਆ ਵੀ ਇਹ ਸਾਰਾ ਕੁਝ ਐਵੋਲਵ ਹੋਇਆ ਹੌਲੀ-ਹੌਲੀ ਇੱਕ ਮਾਦੇ ਤੋਂ ਵਿਕਸਿਤ ਹੋਇਆ ਤੇ ਅੱਜ ਤੱਕ ਕਿਵੇਂ ਪਹੁੰਚਿਆ ਇਹ ਲੰਬੀ ਰਿਸਰਚ ਤੋਂ ਬਾਅਦ ਜਿਹੜੀ ਆ ਸਾਇੰਸ ਨੇ ਆਪਣੀ ਥਿਊਰੀ ਪ੍ਰੂਵ ਕਰਕੇ ਸਥਾਪਿਤ ਕਰ ਲਈ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਇਆ ਉਹ ਸਾਇੰਸ ਦੀ ਥਿਊਰੀ ਜਿਹੜੀ ਆ ਉਹਨੂੰ ਆਪਾਂ ਵਿਗਿਆਨ ਕਹਿ ਲੈਂਦੇ ਆ ਤੇ ਜਿਹੜੀ ਧਾਰਮਿਕ ਗ੍ਰੰਥਾਂ ਦੀਆਂ ਥਿਉਰੀਆਂ ਥੋੜਾ ਬਹੁਤੇ ਫਰਕ ਨਾਲ ਲਗਭਗ ਇੱਕੋ ਜਿਹੀਆਂ ਐ ਧਾਰਮਿਕ ਗ੍ਰੰਥਾਂ ਦੀਆਂ ਥਿਉਰੀਜ਼ ਬਾਰੇ ਗੱਲ ਕਰੀਏ ਜਿਸ ਸਾਨੂੰ ਥੋੜੀ ਡਿਟੇਲ ਸਮਝਾਓ ਉਹ ਕੀ ਕਹਿੰਦੀ ਐ ਤੇ ਵਿਗਿਆਨ ਕੀ ਕਹਿੰਦੀ ਐ ਪਲੀਜ਼ ਆਪਾਂ ਉਹਦੇ ਤੇ ਅੱਜ ਕਰ ਰਹੇ ਆ ਟਾਕ ਉਸ ਦੇ ਵਿੱਚ ਜੇ ਆਪਾਂ ਲੈਨੇ ਆ ਤੇ ਸਭ ਤੋਂ ਡਿਟੇਲਸ ਜਿਹੜੀ ਗੱਲਬਾਤ ਆ ਸਾਇੰਸ ਤੇ ਭਗਵਤ ਪੁਰਾਣ ਚ ਡਿਟੇਲਸ ਦਿੱਤੀਆਂ ਗਈਆਂ ਓਕੇ ਉਸ ਤੋਂ ਅੱਗੇ ਆ ਜੀਏ ਤੇ ਬਾਈਬਲ ਦੇ ਵਿੱਚ ਥੋੜੀ ਡਿਟੇਲਸ ਆ ਉਸ ਤੋਂ ਉੱਪਰ ਜੇ ਆਪਾਂ ਤੁਰੇ ਆਉਣੇ ਆ ਕੁਰਾਨ ਸ਼ਰੀਫ ਚ ਬਹੁਤ ਥੋੜੀ ਆ ओके ਗੁਰੂ ਗੋਬੀ ਗੁਰੂ ਗ੍ਰੰਥ ਸਾਹਿਬ ਚ ਬਹੁਤ ਥੋੜੇ ਓਕੇ ਇਸ ਕਰਕੇ ਆਪਾਂ ਇਧਰੋਂ ਵਾਪਸ ਚੱਲਦੇ ਹਾਂ ਜਿੱਥੋਂ ਥੋੜਾ ਥੋੜਾ ਚੱਲੂਗਾ ਤੇ ਐਂ ਜਿਹੜਾ ਆਪਣਾ ਜ਼ਿਆਦਾ ਟਾਈਮ ਲੱਗਣਾ ਹੈ ਉਹ ਭਾਗੋਤ ਪ੍ਰਾਣ ਤੇ ਸਾਇੰਸ ਤੇ ਲੱਗਣਾ ਹੈ ਜਿੱਥੇ ਦੋਆ ਤੇ ਖਲਾਰਾ ਪਿਆ ਹੋਇਆ ਹੈ ਹੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਉਹ ਕੋਈ ਡਿਟੇਲਸ ਗੱਲ ਨਹੀਂ ਹੈਗੀ ਹੂੰ ਇੰਨਾ ਹੀ ਲਿਖਿਆ ਹੋਇਆ ਹੈ ਕਿ ਜਿਨੇ ਇਹ ਸਾਰਾ ਕੁਝ ਬਣਾਇਆ ਉਹ ਆਪ ਹੀ ਜਾਣਦਾ ਹੈ ਹੂੰ ਇਹ ਦੋ ਤਿੰਨ ਗੱਲਾਂ ਸਿਰਫ ਪਹਿਲਾਂ ਕੁਝ ਨਹੀਂ ਸੀ ਹੈਗਾ ਉਹ ਆਪ ਹੀ ਸੀ ਦੇ ਉਹਨੇ ਆਪ ਹੀ ਇਹ ਸਾਰਾ ਕੁਝ ਪੈਦਾ ਕੀਤਾ ਠੀਕ ਹੈ ਜੇ ਕੋਈ ਹਵਾਲੇ ਕਿਸੇ ਨੂੰ ਲੋਡ ਹੋਊ ਤਾਂ ਮੈਂ ਦੇ ਸਕਦਾ ਹਾਂ ਬੁੱਕ ਦੇ ਵਿੱਚ ਲਿਖਿਆ ਹੋਇਆ ਪਲੀਜ਼ ਨਾਲ ਦੀ ਨਾਲ ਆਪਾਂ ਦੱਸੀਏ ਮੈਂ ਸਾਰੇ ਨੋਟ ਕੀਤੇ ਹੋਏ ਆ ਵੀ ਕਿਹੜੇ ਗੁਰੂ ਗ੍ਰੰਥ ਸਾਹਿਬ ਚ ਕਿਹੜੇ ਪੰਨਾ ਪਰ ਉਹਦੇ ਤੇ ਆਪਾਂ ਨੂੰ ਟਾਈਮ ਲੱਗੂਗਾ ਇਸ ਕਰਕੇ ਉਹ ਐਂਡਸ ਦੇਖ ਲਾਂਗੇ ਜੇ ਕੋਈ ਸਵਾਲ ਕਰੂਗਾ ਠੀਕ ਹੈ ਜੀ ਤੇ ਉਹ ਜਦੋਂ ਆਪਣੇ ਆਪ ਕੁਦਰਤ ਦੇ ਜਿਹੜਾ ਬਣਾਇਆ ਸਾਰਾ ਕੁਝ ਪ੍ਰਮਾਤਮਾ ਨੇ ਬਣਾਇਆ ਪਹਿਲਾਂ ਉਹ ਆਪ ਹੀ ਸੀ ਤੇ ਉਹਨੇ ਆਪਣੇ ਵਿੱਚੋਂ ਹੀ ਇਹ ਸਾਰਾ ਕੁਝ ਉਪਜਾਇਆ ਹ ਹੂੰ ਇਨੂੰ ਅੱਗੇ ਵਧਾਇਆ ਉਹ ਦੇਵੀ ਦੇਵਤੇ ਹੋਣ ਉਹ ਬਾਕੀ ਸਾਰਾ ਕੁਝ ਬਾਕੀ ਸ੍ਰਿਸ਼ਟੀ ਜੇ ਠੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਚੀਜ਼ ਹੈ ਠੀਕ ਹੈ ਇਹ ਗ੍ਰੰਥ ਸ਼ਰੀਫ ਦੇ ਵਿੱਚ ਜਿਹੜਾ ਬਾਈਬਲ ਵਾਲਾ 뷰 ਆ ਉਹਨੂੰ ਬਹੁਤ ਸੰਖੇਪ ਚ ਦਿੱਤਾ ਗਿਆ ਹੂੰ ਉਹਨਾਂ ਨੇ ਇੰਨਾ ਹੀ ਲਿਖਿਆ ਕਿ ਸਾਰੇ ਜਾਣਦੇ ਆ ਕਿਦਾਂ ਹੋਇਆ ਤੇ ਕਿੰਨੇ ਕੀਤਾ ਆਕਾਸ਼ ਜੀ ਨੇ ਬਣਾਇਆ ਜਿਨੇ ਪਾਣੀ ਪੈਦਾ ਕਰਿਆ ਜਿਨੇ ਧਰਤੀ ਪੈਦਾ ਕਰੀਆ ਜਿਨੇ ਸਾਡੇ ਲਈ ਜੀਵ ਜੰਤੂ ਸਾਡੀ ਸਵਾਰੀ ਵਾਸਤੇ ਬਣਾਇਆ ਜਾਂ ਹੋਰ ਸਾਡੇ ਕੰਮਾਂ ਨੂੰ ਆਉਣ ਵਾਲੇ ਚੀਜ਼ ਬਣਾਇਆ ਸਾਡੇ ਲਈ ਖੁਰਾਕ ਦਾ ਇੰਤਜ਼ਾਮ ਕਰਿਆ ਉਹ ਸਾਰਾ ਕੁਝ ਉਨੇ ਕਰਿਆ ਸਾਰੀ ਜਾਣਦੇ ਆ ਠੀਕ ਆ ਉਹਨਾਂ ਨੇ ਵੀ ਇਹਨੂੰ ਇਸ ਤਰ੍ਹਾਂ ਗੋਲ ਕੀਤਾ ਉਸ ਤੋਂ ਬਾਅਦ ਆਪਾਂ ਪਿੱਛੇ ਚੱਲਦੇ ਆਂ ਤੇ ਵੇਦਾਂ ਦੇ ਵਿੱਚ ਥੋੜਾ ਜਿਹਾ ਜ਼ਿਕਰ ਆ ਸਿਰਫ ਵੇ ਦੇ ਰਿਗਵੇਦ ਦੇ ਵਿੱਚ ਆਉਂਦਾ ਹੈ ਰਿਗਵੇਦ ਦੇ ਹੈਗਾ ਜੀ ਮੰਡਲ ਹੁੰਦਾ ਹੈ ਉਹਨਾਂ ਦਾ ਚੈਪਟਰ ਹੂੰ ਮੰਡਲ ਤੀਸਰਾ ਸੂਕਤ 72 ਅੱਗੇ ਉਹਦੇ ਚੈਪਟਰਾਂ ਦੇ ਵੰਡੇ ਸਬ ਚੈਪਟਰ ਤੇ ਮੰਤਰ ਜਿਹੜਾ ਉਹ 12ਵੇਂ ਹੂੰ ਜਿਹਦੇ ਵਿੱਚ ਇਹ ਲਿਖਿਆ ਹੋਇਆ ਵੀ ਪਹਿਲਾਂ ਹਨੇਰਾ ਸੀ ਕੁਝ ਨਹੀਂ ਸੀ ਹੈਗਾ ਪਰ ਲੇਖਾਲ ਸੀ ਤੇ ਪਰਮਾਤਮਾ ਨੇ ਜਿਹੜਾ ਇਹ ਸਾਰਾ ਕੁਝ ਆਪਣੇ ਆਪ ਪੈਦਾ ਕਰਿਆ ਠੀਕ ਹੈ ਇੱਕ ਤੋ ਤੇ ਅੱਗੇ ਜਾ ਕੇ ਇੱਕ ਤਾਂ ਵੇਦ ਦੇ ਵਿੱਚ ਰਿਗਵੇਚ ਇੱਕ ਤਾਂ ਤੇ ਇਹ ਆਉਂਦਾ ਹੈ ਕਿ ਬ੍ਰਹਮਾ ਨੇ ਬ੍ਰਾਹਮਣ ਮੁੱਖ ਚੋਂ ਬ੍ਰਾਹਮਣ ਪੈਦਾ ਕੀਤੇ ਹੂੰ ਛਾਤੀ ਚੋਂ क्षत्रੀ ਪੈਦਾ ਕੀਤੇ ਪੇਟ ਚੋਂ ਵੈਸ਼ ਤੇ ਪੈਰਾਂ ਚੋਂ ਸ਼ੂਦਰ ਪੈਦਾ ਕੀਤੇ ਪਰ ਇਹਦੇ ਨਾਲ ਹੀ ਇਹਦੀ ਕੰਟਰੋਵਰਸੀ ਖੜੀ ਹੁੰਦੀ ਆ ਵੀ ਇਹ 10ਵਾਂ ਮੰਡਲ ਆ ਜਿਹੜਾ ਆਖਰੀ ਚੈਪਟਰ ਦੂਸਰਾ ਚੈਪਟਰ ਤੇ ਆਖਰੀ ਚੈਪਟਰ ਸਕ ਦੂਸਰਾ ਮੰਡਲ ਤੇ ਆਖਰੀ ਮੰਡਲ ਜਿਹੜਾ ਰਿਗਵੇਦਾ ਸੋਰੀ ਉਹ ਬਾਅਦ ਵਿੱਚ ਐਡ ਕੀਤੇ ਗਏ ਅੱਛਾ ਪਹਿਲਾਂ ਨਹੀਂ ਸੀਗੇ ਪਹਿਲਾਂ ਨਹੀਂ ਸੀ ਕਿਉਂਕਿ ਵੇਦ ਜਿਹੜੇ ਆ ਉਹ ਤਕਰੀਬਨ 15-1600 ਸਾਲ ਚ ਕੰਪਲੀਟ ਹੋਏ ਆ ਅੱਛਾ ਮੰਤਰ ਬਾਏ ਮੰਤਰ ਜਮਾ ਹੁੰਦੇ ਗਏ ਠੀਕ ਹੈ ਉਹ ਕੁਝ ਬਾਅਦ ਵਿੱਚ ਐਡ ਕੀਤਿਆਂ ਗਿਆ ਗੱਲਾਂ ਪੈਰਲਲ ਉਦੋਂ ਭਗਵਤ ਦੂਜੇ ਪ੍ਰਾਣ ਚੱਲ ਰਹੇ ਸੀ ਉਪਨਿਸ਼ਦ ਚੱਲ ਰਹੇ ਸੀ ਜਿਨ੍ਹਾਂ ਚ ਇਹ ਗੱਲ ਵਾਰ-ਵਾਰ ਆਉਂਦੀ ਆ ਬ੍ਰਹਮਾ ਨੇ ਬ੍ਰਾਹਮਣ ਜਿਹੜੇ ਆ ਮੁਖ ਤੋਂ ਪੈਦਾ ਕੀਤੇ ਉਹ ਉਤੋਂ ਉਹ ਵੇਦਾਂ 'ਚ ਵੀ ਗਈ ਠੀਕ ਹੈ। ਇਦਾਂ ਵੱਲੋਂ ਇਧਰ ਨੂੰ ਇਹ ਵੇਦ ਪਹਿਲਾਂ ਹੋਇਆ। ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਆ। ਬਹੁਤ ਈ ਸਰੋਤਿਆਂ ਨੂੰ ਦਰਸ਼ਕਾਂ ਨੂੰ ਇਹ ਭੁਲੇਖਾ ਹੁੰਦਾ ਹੈ। ਵੇਦ ਪੁਰਾਣ ਇਕੱਠੇ ਨਾਂ ਬੋਲਿਆ ਜਾਂਦਾ ਤੇ ਲੱਗਦਾ ਵੇਦ ਪੁਰਾਣ ਇੱਕੋ ਚੀਜ਼ ਆ। ਹੂੰ। ਵੇਦਾਂ ਦੀ ਫਿਲਾਸਫੀ ਤੇ ਪੁਰਾਣਾ ਦੀ ਫਿਲਾਸਫੀ ਜ਼ਮੀਨ ਅਸਮਾਨ ਦਾ ਫਰਕ ਆ। ਅੱਛਾ। ਤੇ ਵੇਦ ਕੰਪਲੀਟ ਹੋਣ ਤੋਂ ਲਗਭਗ 1000 ਸਾਲ ਬਾਅਦ ਪੁਰਾਣ ਲਿਖੇ ਗਏ, ਰਚੇ ਗਏ। ਅੱਛਾ। ਠੀਕ ਹੈ। ਇਹ ਦਰਮਿਆਨ ਬੁੱਧ ਆ ਜਾਂਦਾ ਹੈ। ਠੀਕ ਹੈ 1000 ਸਾਲ ਬੁੱਧ ਨੇ ਪੂਰੇ ਏਸ਼ੀਆ ਤੇ ਬੁੱਧ ਧਰਮ ਨਿਰਾਜ ਕੀਤਾ ਠੀਕ ਹੈ ਬੁੱਧ ਧਰਮ ਤੋਂ ਬਾਅਦ ਚ ਪੁਰਾਣ ਰਚੇ ਗਿਆ ਤੇ ਬੁੱਧ ਤੋਂ ਪਹਿਲਾਂ ਵੇਦ ਸੀਗੇ ਠੀਕ ਹੈ ਵੀ ਉਹਦੇ ਚ ਵੇਦਾਂ ਚ ਸਿਰਫ ਇਹ ਦੋਸ਼ ਦਾਵਾ ਤੇ ਜ਼ਿਕਰ ਆਉਂਦਾ ਕਿ ਇਸ ਤਰ੍ਹਾਂ ਹੋਇਆ ਸੰਖੇਪ ਜ਼ਿਕਰ ਠੀਕ ਹੈ ਇਹ ਆਪਾਂ ਤਿੰਨ ਚ ਕਰ ਲਿਆ ਵੀ ਬਾਈਬਲ ਚ ਜਿਹੜੀ ਆ ਉਹ ਉਹਨਾਂ ਨੇ ਕਿਹਾ ਪਰਮਾਤਮਾ ਬੈਠਾ ਹੋਇਆ ਸੀ ਉਹਦਾ ਜੀ ਕੀਤਾ ਮੈ ਸ੍ਰਿਸ਼ਟੀ ਬਣਾਵਾ ਤੇ ਉਹ ਲੰਬੀ ਸਟੋਰੀ ਹੈਗੀ ਆ ਜੇ ਤੁਸੀਂ ਕਹੋ ਤਾਂ ਮੈਂ ਉਹਨ ਥੋੜੀ ਡਿਟੇਲਸ ਚ ਕਰ ਦਿੰਦਾ ਗੱਲ ਹਾਂਜੀ ਫੀ ਪਰਮਾਤਮਾ ਦਾ ਜਦੋਂ ਜੀ ਕੀਤਾ ਵੀ ਮੈਂ ਇਸ ਰਿਸ਼ਟੀ ਦੀ ਉਤਪਤੀ ਕਰਾਂ ਹੂੰ ਤੇ ਉਹਨੇ ਸਤ੍ਰਤੀ ਬਣਾਈ ਆਕਾਸ਼ ਬਣਾਇ ਪੁਆਇੰਟ ਬਾਈ ਪੁਆਇੰਟ ਹੂੰ ਇਹਦੀ ਬਿਲਕੁਲ ਪੁਆਇੰਟ ਬਾਈ ਪੁਆਇੰਟ ਕੀਤਾ ਹੋਇਆ ਬੜੇ ਤਰੀਕੇ ਨਾਲ ਜਾਤਾ ਇੱਕ ਗੱਲ ਇਹ ਸਾਰੇ ਗ੍ਰੰਥਾਂ ਬਾਰੇ ਮੈਂ ਸਪਸ਼ਟ ਕਰਾਂ ਕੁਰਾਨ ਸ਼ਰੀਫ ਹਜ਼ਰਤ ਮੁਹੰਮਦ ਸਾਹਿਬ ਨੇ ਖੁਦ ਨਹੀਂ ਲਿਖਿਆ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਰਚਿਆ ਗਿਆ ਲੋਕਾਂ ਨੇ ਲੋਕਾਂ ਨੇ ਉਹਨਾਂ ਦੇ ਵਿਚਾਰ ਇਕੱਠੇ ਕਰਕੇ ਉਹ इकठा ਕਰਕੇ ਲਿਖਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਪਹਿਲੇ ਗੁਰੂਆਂ ਦੇ ਵਿਚਾਰ ਭਗਤਾਂ ਦੇ ਵਿਚਾਰ ਇਕੱਠੇ ਘਟ ਕੇ ਗੁਰੂ ਅਰਜਨ ਦੇਵ ਜੀ ਨੇ ਕਰਿਆ ਹੂੰ ਇਸ ਤਰ੍ਹਾਂ ਹੀ ਜਿਹੜੀ ਆ ਬਾਈਬਲ ਵੀ ਬਾਅਦ ਵਿੱਚ ਯਿਸੂ ਮਸੀਹ ਦੀ ਮੌਤ ਤੋਂ ਬਹੁਤ ਦੇਰ ਬਾਅਦ ਵਿੱਚ ਉਹਦੀ ਸ਼ਹਾਦਤ ਹੋ ਗਈ ਜਦੋਂ ਯਿਸੂ ਅਸੀਸ ਉਹ ਤੋਂ ਬਹੁਤ ਦੇਰ ਬਾਅਦ ਵਿੱਚ ਬਾਈਬਲ ਜਿਹੜੀ ਆ ਉਹ ਰਚੀ ਗਈ ਇਕੱਠੀ ਕੀਤੀ ਗਈ ਸਾਰਾ ਵਿਚਾਰ ਜਿਹੜਾ ਉਹਦੇ ਵਿੱਚ ਹੋਰ ਵੀ ਬਹੁਤ ਕੁਝ ਸ਼ਾਮਲ ਹੋ ਗਿਆ ਠੀਕ ਹੈ ਇਸ ਇੱਕ ਇਹ ਪ੍ਰੂਫ ਕਿਤੇ ਹੈਗਾ ਜੀ ਪ੍ਰੂਫ ਪਿਆ ਵਾ ਕਿੱਥੇ ਪਤਾ ਲੱਗਦਾ ਬਿਲਕੁਲ ਮਤਲਬ ਤੁਸੀਂ ਇਤਿਹਾਸ ਪੜੋਗੇ ਤਾਂ ਉਦੋਂ ਤੱਕ ਇਹ ਨਾਤਾ ਬਾਈਬਲ ਸੀ ਨਾ ਕੁਰਾਨ ਸ਼ਰੀਫ ਸੀ ਕੁਰਾਨ ਸ਼ਰੀਫ ਦੇ ਸ਼ੁਰੂ ਚ ਵੀ ਇਹ ਦੱਸਿਆ ਜਾਂ ਦੱਸਿਆ ਹੁੰਦਾ ਹੈ ਵੀ ਇਹ ਜਿਹੜੇ ਤੁਸੀਂ ਕੁਰਾਨ ਸ਼ਰੀਫ ਹਿੰਦੀ ਚ ਵੀ ਮਿਲ ਜੂ ਪੰਜਾਬੀ ਚ ਵੀ ਮਿਲ ਜੂ ਇੰਗਲਿਸ਼ ਚ ਵੀ ਮਿਲ ਜੂਗਾ ਤੇ ਉਹਦੇ ਚ ਦੱਸਿਆ ਹੁੰਦਾ ਸ਼ੁਰੂ ਚ ਵੀ ਇਹ ਕਦੋਂ ਕਿੱਥੇ ਕਿਵੇਂ ਕਿਵੇਂ ਰਚਨਾ ਹੋਈ ਇਹਦੀ ਇਸ ਤਰ੍ਹਾਂ ਹੀ ਬਾਈਬਲ ਵਾਰਿਆ ਠੀਕ ਹੈ ਠੀਕ ਹੈ ਵੇਦ ਵੀ ਕਿਸੇ ਇੱਕ ਬੰਦੇ ਦੀ ਰਚਨਾ ਨਹੀਂ ਹੈਗੀ ਹਜ਼ਾਰ ਦੇ ਕਰੀਬ ਲੋਕ ਹੈ ਜਿਨ੍ਹਾਂ ਨੇ ਇੱਕ ਮੰਤਰ ਕਿਸੇ ਨੇ 10 ਮੰਤਰ ਕਿਸੇ ਨੇ 50 ਮੰਤਰ ਲਿਖੇ ਤੇ ਬਾਅਦ ਵਿੱਚ ਜਿਵੇਂ ਮੰਨਿਆ ਜਾਂਦਾ ਕਿ ਵੇਦ ਵਿਆਸ ਨੇ ਉਹ ਸਾਰੇ ਇਕੱਠੇ ਕਰਕੇ ਕਲੈਕਟ ਕਰ ਕਲੈਕਟ ਕਰ ਲੇਕ ਤਾਂ ਕਰਨੇ ਤਾਂ ਉਹਨਾਂ ਨੂੰ ਚਾਰ ਹਿੱਸਿਆਂ ਚ ਵੰਡ ਦਿੱਤਾ ਵੰਡ ਦਿੱਤਾ ਹੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਉਸ ਗੁਰੂ ਅਰਜਨ ਦੇਵ ਤੋਂ ਬਾਅਦ ਵੀ ਗੁਰੂ ਹੋਏ ਹੂੰ ਇਸ ਕਰਕੇ ਉਹ ਬਾਣੀ ਜਿਹੜੀ ਆ ਨਾਲ ਦੀ ਨਾਲ ਉਹਨਾਂ ਦੇ ਟਾਈਮ ਵਿੱਚ ਹੀ ਉਹਦੇ ਉਹਦੇ ਵਿੱਚ ਐਡ ਹੁੰਦੀ ਗਈ ਪਹਿਲੇ ਹਾਲ ਹੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਇਹ ਭਗਤਾਂ ਦੀ ਇਹ ਉਹਨਾਂ ਦੇ ਸੰਕਲਨ ਬਾਰੇ ਸੀ ਵੀ ਐਸ ਇਸ ਤੋਂ ਜਿਹੜਾ ਚੱਲਿਆ ਹੁਣ ਬਾਈਬਲ ਦੇ ਵਿੱਚ ਕੀ ਲਿਖਿਆ ਹੈ ਸ਼ੁਰੂ ਵਿੱਚ ਆਕਾਸ਼ ਤੇ ਪ੍ਰਿਥਵੀ ਦੀ ਸ੍ਰਿਸ਼ਟੀ ਕੀਤੀ ਹਮ ਪਰਮਾਤਮਾ ਨੇ ਹਮ ਇਹ ਇਹ ਗੱਲ ਕੁਰਾਨ ਸ਼ਰੀਫ ਗੁਰੂ ਗ੍ਰੰਥ ਤੇ ਦੂਜੇ ਗ੍ਰੰਥਾਂ 'ਚ ਵੀ ਸੰਖੇਪ ਰੂਪ 'ਚ ਕਿਤੇ ਨਾ ਕਿਤੇ ਹੈਗੀ ਹੈ ਹੈਗੀ ਆ ਠੀਕ ਹੈ ਇਸੇ ਤਰ੍ਹਾਂ ਉਹਨੇ ਕਿਹਾ ਪ੍ਰਿਥਵੀ ਬੇਡੌਲ ਸੀ ਤੇ ਉਹਨੇ ਉਹ ਡੂੰਘੇ ਪਾਣੀ 'ਚ ਡੁੱਬੀ ਹੋਈ ਸੀ ਉਹਨੇ ਉਹਨੂੰ ਕੱਢ ਲਿਆ ਤੇ ਉਹਨੂੰ ਸਾਰੇ ਨੂੰ ਸੈੱਟ ਕਰ ਲਿਆ ਸੋਹਣੀ ਕਰ ਲਿਆ ਠੀਕ ਹੈ ਚਾਨਣ ਵੇਖਿਆ ਤੇ ਆਖਿਆ ਵਿੱਚ ਪਹਿਲਾਂ ਉਹਨੇ ਚਾਨਣ ਕਰਿਆ ਫਿਰ ਸੋਚਿਆ ਵੀ ਚਾਨਣ ਚੰਗਾ ਹੈ ਫਿਰ ਚਾਨਣ ਨੂੰ ਦੋ ਹਿੱਸਿਆਂ 'ਚ ਵੰਡ ਲਿਆ ਹੂੰ ਫਿਰ ਇੱਕ ਜਿਹੜਾ ਹੈ ਦਿਨ ਬਣ ਜੇ ਇੱਕ ਰਾਤ ਬਣ ਜੇ ਫਿਰ ਉਹਨੇ ਦੋ ਰੋਸ਼ਨੀਆ ਬਣਾਈਆਂ ਇੱਕ ਦਿਨੇ ਚਾਨਣ ਕਰਿਆ ਕਰੂਗੀ ਇੱਕ ਰਾਤ ਨੂੰ ਚਾਨਣ ਕਰਿਆ ਕਰੂਗੀ ਮਤਲਬ ਚੰਦ ਤੇ ਸੂਰਜ ਬਣਾਈ ਇਸੇ ਤਰ੍ਹਾਂ ਅੱਗੇ ਜਾ ਕੇ ਫਿਰ ਪਰਮੇਸ਼ਰ ਨੇ ਪਾਣੀ ਨੂੰ ਪਾਣੀ ਕਠਾਸੀ ਨੂੰ ਅੱਡ ਕਰਿਆ ਠੀਕ ਹੈ ਪਾਣੀ ਕਿੱਧਰ ਤੇ ਆਕਾਸ਼ ਬਣਾਦਾ ਹੇਠਲਾ ਜਿਹੜਾ ਹੈ ਸਮੁੰਦਰ ਬਣਾ ਲਿਆ ਠੀਕ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਸ ਵੇਲੇ ਦੇ ਮੁਤਾਬਕਤਾ ਆਪਾਂ ਕਹਿ ਸਕਦੇ ਹਾਂ ਦਿਨ ਰਾਤ ਵੱਖ ਕਰਨ ਲਈ ਜੋਤੀਆਂ ਬਣਾਈਆਂ ਜਿਵੇਂ ਇਹਨਾਂ ਨੇ ਲਿਖਿਆ ਹੋਇਆ ਹੈ ਇਹਦੇ ਵਿੱਚ ਜਦੋਂ ਮਨੁੱਖ ਦੀ ਵਾਰੀ ਆਉਂਦੀ ਆ ਇਹ ਸਾਰਾ ਕੁਝ ਬਣਾਉਣ ਤੋਂ ਬਾਅਦ ਪਰਮੇਸ਼ਰ ਨੂੰ ਲੱਗਦਾ ਕਿ ਇਹ ਵਧੀਆ ਨਹੀਂ ਅਜੇ ਗੱਲ ਨਹੀਂ ਬਣੀ ਜਿੰਨਾ ਵਾਦਾ ਜੀਵੰਤ ਜਾਂ ਹੋਣਾ ਚਾਹੀਦਾ ਲਿਵਿੰਗਫੁੱਲ ਹੋਣਾ ਚਾਹੀਦਾ ਲਾਈਫ ਨਹੀਂ ਹੋਇਆ ਫਿਰ ਉਹਨੇ ਆਦਮੀ ਨੂੰ ਬਣਾਇਆ ਠੀਕ ਹੈ ਤੇ ਆਦਮੀ ਨੂੰ ਉਸ ਆਪਣੇ ਅਦਨ ਬਾਗ ਦੇ ਵਿੱਚ ਹਮ ਕੱਲੇ ਉਹ ਕੱਲਾ ਸੀ ਬੋਰ ਹੁੰਦਾ ਸੀ ਅਗਲੀ ਸਟੋਰੀ ਚੱਲ ਪੈਂਦੀ ਆ ਵੀ ਜਦੋਂ ਫਿਰ ਉਹਨੇ ਸੋਚਿਆ ਵੀ ਇਧਰ ਲਈ ਇੱਕ ਸਾਥੀ ਬਣਾਵਾ ਸਾਡੇ ਨੇ ਸੁੱਤੇ ਪੈਦੀ ਪੱਛਲ ਹੀ ਕੱਢ ਕੇ ਉਹਦੇ ਸੋਂ ਔਰਤ ਬਣਾਈ ਹਮ ਉਹਦੇ ਵਰਗੀ ਬਣਾਤੀ ਤੇ ਦੋਵੇਂ ਜਿਹੜੇ ਸੀ ਛੱਡ ਦਿੱਤੇ ਹੁਣ ਇਹ ਅਗਲੀ ਸਟੋਰੀ ਫਿਰ ਉਹਦੇ ਵਿੱਚ ਅੱਗੇ ਜੁੜੀ ਹੋਈ ਆ ਵੀ ਉਹ ਕਿਦਾਂ ਦਨ ਦੇ ਬਾਗ ਚੋਂ ਕੱਢੇ ਗਏ ਫਿਰ ਫਲ ਖਾਣ ਕਰਕੇ ਮੇਰੇ ਖਿਆਲ ਹੈ ਵੀ ਆਪਾਂ ਉਹਨੂੰ ਨਮਾਨਾਰਚ ਕਹਿ ਕੇ ਤੇ ਉਹਨੂੰ ਇਹ ਵੀ ਕਿਹਾ ਵੀ ਆਦਮੀ ਨੂੰ ਮਿੱਟੀ ਤੋਂ ਰਚਿਆ ਠੀਕ ਹੈ ਤੇ ਉਹਨੇ ਮਿੱਟੀ ਵਿੱਚ ਹੀ ਮਿਲ ਜਾਣਾ ਕਿਉਂਕਿ ਮਿੱਟੀ ਤੋਂ ਰਚਿਆ ਇਸ ਕਰਕੇ ਉਹਨੇ ਮਿੱਟੀ ਵਿੱਚ ਹੀ ਮਿਲ ਜਾਣਾ ਹੈ ਇਹ ਇਸ ਤੋਂ ਇਲਾਵਾ ਕੋ ਬਹੁਤ ਆ ਜਿਆਦਾ ਪੁਆਇੰਟ ਬਾਈ ਪੁਆਇੰਟ ਦਿੱਤਾ ਹੈ ਪਰ ਜਿਆਦਾ ਉਹ ਹੈ ਨਹੀਂ ਗਾ ਜਿਹੜੀ ਖਾਸ ਗੱਲ ਹੈ ਕਿ ਪ੍ਰਮਾਤ ਜਿਹੜਾ ਮਨਾ ਕੀਤਾ ਗਿਆ ਕਿ ਤੂੰ ਇਹ ਦੋ ਰੁੱਖਾਂ ਦਾ ਫਲ ਨਹੀਂ ਖਾਣਾ ਉਹ ਉਹਨੇ ਖਾ ਲਿਆ ਹਾਂਜੀ ਫੋਰਬਿਡਨ ਫਰੂਟ ਰੁੱਖਾਂ ਦੇ ਮਸਲੇ ਜੇ ਮੈਂ ਕਿਉਂ ਪੁਆਇੰਟ ਉਠਾ ਰਿਹਾ ਕਿ ਪ੍ਰਮਾਤਮਾ ਨੇ ਇੱਕ ਤਾਂ ਇਹ ਫਲਾਂ ਦਾ ਰੋਕਿਆ ਜਿਹੜਾ ਭਲੇ ਬੁਰੇ ਦੇ ਗਿਆਨ ਵਾਲਾ ਸੀ ਕਿ ਇਹ ਰੁੱਖ ਦਾ ਫਲ ਨਹੀਂ ਖਾਣਾ ਇਹਦੇ ਨਾਲ ਤੈਨੂੰ ਗਿਆਨ ਹੋ ਜਾਊਗਾ। ਹੂੰ ਦੂਜਾ ਸੀਗਾ ਅਮਰ ਹੋਣ ਵਾਲੇ ਰੁੱਖ ਦਾ ਫਲ ਉਹ ਨਹੀਂ ਖਾਣਾ। ਹੂੰ ਉਹਨੇ ਗਲਤੀ ਨਾਲ ਚੁੱਕ ਝਕਾ ਕੁਝ ਆਇ ਨਹੀਂ ਜਿਹੜਾ ਗਿਆਨ ਵਾਲੇ ਫਲ ਦਾ ਰੁੱਖ ਸੀ ਉਹ ਖਾ ਲਿਆ। ਫਲ ਖਾ ਲਿਆ ਗਿਆਨ ਵਾਲੇ ਰੁੱਖ ਦਾ ਫਲ ਖਾ ਲਿਆ ਉਹਨੂੰ ਗਿਆਨ ਹੋ ਗਿਆ ਉਹਨੂੰ ਪਤਾ ਲੱਗ ਗਿਆ ਮੈਂ ਨੰਗਾ ਹੂੰ। ਹੂੰ ਤੇ ਪ੍ਰਮਾਤਮਾ ਇਸ ਗੱਲ ਤੇ ਨਰਾਜ ਹੋ ਗਿਆ। ਹੂੰ ਵੀ ਤੈਨੂੰ ਇਹ ਗਿਆਨ ਨਹੀਂ ਸੀ ਹੋਣਾ ਚਾਹੀਦਾ ਕਿ ਭਲਾ ਕੀ ਆ ਬੁਰਾ ਕੀ ਆ ਚੰਗੇ ਮਾੜੇ ਦਾ ਤੈਨੂੰ ਪਤਾ ਨਹੀਂ ਸੀ ਲੱਗਣਾ ਚਾਹੀਦਾ। ਕਿ ਪ੍ਰਮਾਤਮਾ ਇਹ ਚਾਹੁੰਦਾ ਜੀ ਵੀ ਮੇਰੇ ਬਣਾਏ ਹੋਏ ਜਿਹੜੇ ਆ ਮੇਰਾ ਪੈਦਾ ਕੀਤਾ ਆਦਮੀ ਜਿਹੜਾ ਉਹ ਕਮਲਾ ਹੀ ਰਵੇ ਹੂੰ ਫਿਰ ਉਹਨੂੰ ਗਿਆਨ ਨਹੀਂ ਸੀ ਦੇਣਾ ਚਾਹੁੰਦਾ ਫਿਰ ਉਹਨੇ ਇਸ ਕਰਕੇ ਥੱਲੇ ਸੁੱਟ ਦਿੱਤਾ ਉਹਨੂੰ ਜ਼ਮੀਨ ਤੇ ਭੇਜ ਦਿੱਤਾ ਵੀ ਜੇ ਕੱਲ ਨੂੰ ਇਹਨੇ ਅਮਰ ਹੋਣ ਵਾਲੇ ਫਲ ਦਾ ਰੁੱਖ ਖਾ ਲਿਆ ਹੂੰ ਰੁੱਖ ਦਾ ਫਲ ਖਾ ਲਿਆ ਤੇ ਫਿਰ ਕੀ ਹੋਊਗਾ ਫਿਰ ਮੇਰੇ ਬਰਾਬਰ ਹੋ ਜਾਊਗਾ ਇਹ ਵੀ ਅਮਰ ਹੋ ਜਾਊਗਾ ਹੂੰ ਉਸ ਤੋਂ ਪਹਿਲਾਂ ਪਹਿਲਾਂ ਹੀ ਇਹਨੂੰ ਜ਼ਮੀਨ ਤੇ ਭੇਜ ਦਿਆਂ ਇਹ ਇੱਥੇ ਫਰਕ ਇੰਨਾ ਹੈ ਕਿ ਬਾਈਬਲ 'ਚ ਤੇ ਸਾਡੇ ਇੰਡੀਆ ਵਾਲੇ ਗ੍ਰੰਥਾਂ ਤਰਮਾਚੇ ਕਿ ਇਹਨਾਂ ਨੇ ਬਾਈਬਲ ਨੂੰ ਪੂਜਿਆ ਨਹੀਂ ਠੀਕ ਹੈ ਪੁਿੱਤਰ ਬੁੱਕ ਦੇ ਤੌਰ ਤੇ ਰੱਖ ਲਿਆ ਇਤਿਹਾਸ ਦਾ ਇੱਕ ਹਿੱਸੇ ਵਜੋਂ ਰੱਖ ਲਿਆ ਇਹ ਨਹੀਂ ਵੀ ਅਸੀਂ ਇਹਨੂੰ ਮੱਥਾ ਟੇਕੀ ਤੇ ਜੋ ਬਾਈਬਲ ਚ ਲਿਖਿਆ ਉਹਨੂੰ ਸੱਚ ਮੰਨ ਕੇ ਅੱਜ ਵੀ ਜਿਉਂਦੀ ਤਿਉਂ ਕਰੀ ਚੱਲੀਏ ਇਹ ਨਾਲੇ ਸਾਇੰਸ ਵੱਲ ਚੱਲ ਪਈ ਫਿਰ ਸਾਇੰਸ ਨੂੰ ਕੀ ਪ੍ਰੋਬਲਮ ਆਈ ਜੀ ਇਹ ਸਾਰੇ ਪੁਆਇੰਟ ਆਫ 视图ਸ ਨਾਲ ਸਾਇੰਸ ਨੂੰ ਇਹਦੇ ਨਾਲ ਪ੍ਰੋਬਲਮ ਨਹੀਂ ਸਾਇੰਸ ਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੁਣ ਆਪਾਂ ਅੱਗੇ ਚੱਲਦੇ ਆਂ ਵੀ ਭਾਗਵਤ ਪੁਰਾਣ ਕੀ ਕਹਿੰਦਾ ਭਾਗਵਤ ਪੁਰਾਣ ਦੀ ਜਿਹੜੀ ਬਹੁਤ ਪ੍ਰਚਲਿਤ ਥਿਉਰੀਆ ਸਿੰਪਲ ਰੂਪ ਚ ਇਹ ਆ ਕਿ ਵਿਸ਼ਨੂੰ ਭਗਵਾਨ ਖੀਰ ਸਮੁੰਦਰ ਦੇ ਉੱਪਰ ਲੇਟੇ ਹੋਏ ਸੀ ਹਮ 나ਗ ਦੀ ਫਨ ਦੇ ਉੱਪਰ ਠੀਕ ਆ 나ਗ ਦੀ ਫਨ ਦੇ ਉੱਪਰ ਲੇਟੇ ਹੋਏ ਸੀ ਉਹਨਾਂ ਦੀ ਧੁੰਨੀ ਚ ਕਮਲ ਦਾ ਫੁੱਲ ਉੱਗ ਗਿਆ ਹਮ ਤੇ ਕਮਲ ਦੇ ਫੁੱਲ ਦੇ ਵਿੱਚੋਂ ਬ੍ਰਹਮਾ ਪੈਦਾ ਹੋਏ ਹਮ ਬ੍ਰਹਮਾ ਨੂੰ ਸ੍ਰਿਸ਼ਟੀ ਦੀ ਉਤਪਤੀ ਵਾਸਤੇ ਭਗਵਾਨ ਨੇ ਆਦੇਸ਼ ਦਿੱਤਾ ਠੀਕ ਆ ਤੇ ਬ੍ਰਹਮਾ ਨੇ ਸ੍ਰਿਸ਼ਟੀ ਉਤਪਤੀ ਕੀਤੀ ਠੀਕ ਹੈ ਜੀ ਬ੍ਰਹਮਾ ਨੇ ਪਹਿਲਾਂ ਜੀ ਪੰਜ ਉਹਦੇ ਚਾਰ ਕੁਮਾਰ ਗਣ ਪੈਦਾ ਕੀਤੇ ਉਹ ਉਹ ਗਤੀਜ ਰੁੱਜ ਗਏ ਉਹਨਾਂ ਨੇ ਵਿਆਹ ਨਹੀਂ ਕਰਾਏ ਤੇ ਉਹਨਾਂ ਨੇ ਅੱਗੇ ਸੰਤਾਨ ਨਹੀਂ ਪੈਦਾ ਕੀਤੀ ਫਿਰ ਉਹਨੇ ਰੁਦਰ ਪੈਦਾ ਕੀ ਰੁਦਰ ਉਹਦੇ ਗੁੱਸਾ ਉਹ ਗੁੱਸਾ ਆ ਗਿਆ ਜਦੋਂ ਗੁੱਸਾ ਆਇਆ ਤੇ ਉਹਦੀ ਨੱਕ ਚੋਂ ਨੱਕ ਦੇ ਉੱਪਰੋਂ ਆ ਮੱਥੇ ਦੇ ਵਿਚਕਾਰ ਆੱਖਾਂ ਦੇ ਉਹ ਤੋਂ ਗੁੱਸੇ ਨਾਲ ਇੱਕ ਬੱਚਾ ਪੈਦਾ ਹੋ ਗਿਆ ਜਿਹਦਾ ਨਾਮ ਰੁਦਰ ਸੀ ਤੇ ਡਰਾਉਣਾ ਸੀ ਉਹਨੇ ਰੁਦਰ ਨੂੰ ਕਿਹਾ ਜਾ ਫਿਰ ਤੂੰ ਜਨ ਪੈਦਾ ਕਰ ਹੂੰ ਤੇ ਰੁਦਰ ਨੇ ਜਿਹੜੀਆਂ ਸੰਤਾਨਾਂ ਪੈਦਾ ਕੀਤੀਆਂ ਉਹਦੇ ਵਰਗੀਆਂ ਭਿਆਨਕ ਸੀ ਉਹ ਭਿਆਨਕ ਸੰਤਾਨਾਂ ਜਿਹੜੀਆਂ ਬ੍ਰਹਮਣ ਨੂੰ ਜੋ ਕੁਝ ਆਲੇ ਦੁਆਲੇ ਸੀ ਉਹਨੂੰ ਹੀ ਖਾਣ ਲੱਗ ਪਿਐ ਨਿਗਲਣ ਲੱਗ ਪਿਓ ਬ੍ਰਹਮਾ ਨੂੰ ਵੀ ਖਾਣ ਪੈ ਗਏ ਠੀਕ ਹੈ ਤੇ ਉਹਨਾਂ ਨੇ ਫਿਰ ਕਿਹਾ ਵੀ ਤੂੰ ਇਹੋ ਜਿਹੇ ਬੰਦੇ ਪੈਦਾ ਕਿਉਂ ਕਰ ਰਿਹਾ ਬੱਚੇ ਜੱਜ ਦੇ ਪੈਦਾਕਾਰ ਤੇ ਉਹਨੇ ਉਹ ਸਾਰਾ ਛੱਡ ਕੇ ਨਵੇਂ ਸਿਰਿਓਂ ਫਿਰ ਪੈਦਾ ਕੀਤੇ ਫਿਰ ਉਹਨੇ ਦੇਵਤੇ ਪੈਦਾ ਕੀਤੇ ਤੇ ਦੇਵਤਿਆਂ ਤੋਂ ਬਾਅਦ ਆ ਜੋਨੀ ਲਿਖਿਆ ਜਿਹੜੇ ਜੋਨੀ ਚੋਂ ਪੈਦਾ ਨਹੀਂ ਹੁੰਦੇ ਉਹ ਜਿਗੇ ਦੇਵਤੇ ਪਿਤਰਗਣ ਅਸੁਰ ਗੰਦਰਵ ਅਪਸਰਾਵਾਂ ਯਕਸ਼ ਰਾਕਸ਼ ਸਿੱਧ ਤੇ ਚਾਰਣ ਠੀਕ ਹੈ ਐਕਚੁਅਲੀ ਇਹ ਕਦੇ ਇਹ ਕਦੇ ਹੋਈ ਨਹੀਂ ਅੱਛਾ ਪਰ ਇਹ ਕਦੇ ਵੀ ਇਹ ਜੀਵ ਪ੍ਰਜਾਤੀਆਂ ਇਹ ਪ੍ਰਾਣੀਆਂ ਪ੍ਰਾਣੀ ਜਾਤੀਆਂ ਕਦੇ ਨਹੀਂ ਹੋਈਆਂ ਜੀ ਨਾ ਉਹਨੇ ਜਿਹੜੇ ਆਪਾਂ ਕਹਿ ਰਹੇ ਉਹਨੇ ਪਹਿਲਾਂ ਪੈਦਾ ਕੀਤੀਆਂ ਅੱਛਾ ਇਤਿਹਾਸ ਕਰੋੜ ਦੀ ਆਰਕੀਓਲੋਜੀਕਲ ਹਿਸਟਰੀ ਦੇਖ ਲੈਣੇ ਆਪਾਂ ਸਾਰਾ ਕੁਝ ਦੇਖ ਲੈਂਦੇ ਸਿਰਫ ਇਹ ਇਤਿਹਾਸ ਦੇ ਵਿੱਚ ਆਉਂਦੀਆਂ ਐਗਜ਼ਿਸਟ ਨਹੀਂ ਕੀਤਾ ਕਦੇ ਵੀ ਇਹਨਾਂ ਨੇ ਇਹਨਾਂ ਨੇ ਕਦੇ ਵੀ ਐਗਜ਼ਿਸਟ ਨਹੀਂ ਕੀਤਾ ਇਹਨਾਂ ਦਾ ਰੈਪੀਟੀਸ਼ਨ ਅੱਗੇ ਜਾ ਕੇ ਇਹ ਦੂਜੇ ਗ੍ਰੰਥਾਂ 'ਚ ਵੀ ਇਹਨਾਂ ਨੂੰ ਕੀਤਾ ਗਿਆ ਹੈ ਦੁਬਾਰੇ ਦੁਹਰਾਇਆ ਗਿਆ ਹੈ ਗੁਰੂ ਗ੍ਰੰਥ ਚ ਵੀ ਦੁਹਰਾਇਆ ਗਿਆ ਹੈ ਸਾਰਿਆਂ ਦੇ ਨਾਂ ਦੇਵੀ ਦੇਵਤੇ ਰਕਸ਼ ਯਕਸ਼ ਵਗੈਰਾ ਇਹ ਕਦੇ ਹੋਏ ਨਹੀਂ ਹੂੰ ਸੋ ਇਹ ਉਹਨਾਂ ਨੇ ਪੈਦਾ ਕੀਤੇ ਉਸ ਤੋਂ ਅੱਗੇ ਬੜਾ ਟੇਡਾ ਜਾਏ ਵੀ ਜਰੋ ਮੰਨੂ ਨੇ ਵਧੀ ਡਿਊਟੀ ਲੱਗੀ ਵੀ ਤੂੰ ਪੈਦਾ ਕਰ ਤੇ ਉਹਨੇ ਆਪਣੇ ਆਪ ਨੂੰ ਦੂ ਕਰ ਲਿਆ ਇੱਕ ਔਰਤ ਤੇ ਇੱਕ ਮਦਰ ਮਰਦ ਉਹਦੇ ਤੋਂ ਨੇ ਫਿਰ ਪੈਦਾ ਕਰਨ ਸ਼ੁਰੂ ਕੀਤੀ ਤੇ ਵਕ ਵਕ ਜਾਨ ਪ੍ਰਾਣੀ ਜਾਨੀਆਂ ਪੈਦਾ ਕਿਵੇਂ ਹੋਈਆਂ ਡੰਗਰ ਵਗੈਰਾ ਹੋਰ ਸਾਰੇ ਕੁਝ ਪਸ਼ੂ ਪੰਛੀ ਇਹਦੇ ਨਾਲ ਕਥਾ ਇਹ ਜੋੜੀ ਗਈ ਆ ਕਿ ਜਦੋਂ ਉਹਨੇ ਵੇਖਿਆ ਮਨੂ ਜਿਹੜੀ ਘਰ ਵਾਲੀ ਸੀ ਉਹਦੀ ਉਹਨੇ ਵੇਖਿਆ ਵੀ ਇਹ ਨੂੰ ਚੰਗਾ ਨਹੀਂ ਲੱਗਿਆ ਵੀ ਇਹ ਮੇਰੇ ਆਪਣੇ ਸਰੀਰ ਤੋਂ ਹੀ ਪੈਦਾ ਕਰਕੇ ਤੇ ਹੁਣ ਮੇਰੇ ਨਾਲ ਸੈਕਸ ਕਰਦਾ ਹੈ ਇਹ ਗੱਲ ਤੇ ਉਹ ਲੁਕਣ ਦੀ ਉਹਦੇ ਤੋਂ ਬਚਣ ਦੀ ਮਾਰੀ ਕੁੜੀ ਬਣ ਕੇ ਅੱਛਾ ਉਹ ਘੋੜਾ ਬਣ ਗਿਆ ਅੱਛਾ ਤੇ ਫਿਰ ਘੋੜੇ ਘੋੜੀਆਂ ਪੈਦਾ ਹੋਏ ਉਤੋਂ ਲੁਕਣ ਦੀ ਮਾਰੀ ਉਹ ਗਾਂ ਬਣ ਗਈ ਤੇ ਉਹ ਬਲਦ ਬਣ ਗਿਆ ਫਿਰ ਬਲਦ ਤੇ ਉਹ ਗਾਂ ਅਗਲੀ ਜੇ ਪ੍ਰਾਣੀ ਪੈਦਾ ਹੋਏ ਇਹ ਕਦੇ ਪੰਛੀ ਬਣ ਗਈ ਕਦੇ ਮੱਖੀ ਬਣ ਗਈ ਕਦੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਇਹ ਸਾਰਾ ਕੁਝ ਜਿਹੜਾ ਹੈ ਸਾਰੀ ਸ੍ਰਿਸ਼ਟੀ ਜਿਹੜਾ ਹੈ ਪੈਦਾ ਹੋਈ ਠੀਕ ਹੈ ਇਹ ਇਹਨਾਂ ਤੋਂ ਹੀ ਪੇੜ ਪੌਦੇ ਜਿਹੜੇ ਆ ਹੂੰ ਇਸ ਤਰ੍ਹਾਂ ਪੈਦਾ ਹੋਏ ਤੇ ਇਹ ਜਿਹੜੀ ਥਿਊਰੀ ਦੇ ਨਾਲ-ਨਾਲ ਕੁਝ ਜਿਹੜੀ ਉਹਨਾਂ ਦੀ ਜੀਓਗ੍ਰਾਫੀਕਲ ਗੱਲਾਂ ਆ ਉਹ ਬੜੀਆਂ ਹਾਸੇ ਵਾਲੀਆਂ ਆ ਇੱਕ ਜੰਬੂਦੀਪ ਆ ਪਤਾ ਨਹੀਂ ਕਿੱਥੇ ਆ ਧਰਤੀ ਦੇ ਉੱਤੇ ਸਾਨੂੰ ਤਾਂ ਕਦੇ ਲੱਭਿਆ ਨਹੀਂ ਜੰਬੂਦੀਪ ਹਾਂ ਜੰਬੂਦੀਪਾ ਜੰਗੂ ਨਾਂ ਦਾ ਦੀਪਾ ਹੂੰ ਜਿਹਦਾ ਜਿਹੜੀ ਆ ਲੰਬਾਈ ਚੌੜਾਈ 10 ਲੱਖ ਯੋਜਨ ਜਾਨੀ ਕਿ 80 ਲੱਖ ਮੀਲ ਹੈ ਹੂੰ ਤੇ ਉਹਦੇ ਉੱਤੇ ਸਮੇਰੂ ਪਹਾੜਾ ਅੱਛਾ ਸਮੇਰੂ ਪਹਾੜ ਤ ਉਹਨਾਂ ਦੇ ਮੁਤਾਬਕ ਵਿਚਕਾਰ ਆ ਧਰਤੀ ਦੇ ਓਕੇ ਤੇ ਉਹ ਸੋਨੇ ਦਾ ਬਣਿਆ ਹੋਇਆ ਹੈ ਅੱਛਾ ਤੇ ਉਹ ਉਨਾ ਹੀ ਚੌੜਾ ਹੈ ਜਿੰਨਾ ਜੰਬੂਦੀਪ ਚੌੜਾ ਹੈ ਓਕੇ ਤੇ ਉਹ 10000 ਜੋਜਨ ਐ ਸਮਝੋ 1092000 ਕਿਲੋਮੀਟਰ ਪ੍ਰਤੀ ਤੋਂ ਉੱਚਾ ਹੈ ਹੂੰ ਇੰਨੀ ਉਚਾਈ ਆ ਉਹਦੀ ਹੂੰ ਉਹਦੇ ਨਾਲ ਇੱਕ ਸਟੋਰੀ ਹੋਰ ਜੋੜਦੀ ਹੈ ਕਿ ਉਹ ਜਿਹੜਾ ਉਹਦੇ ਉੱਤੇ ਇੰਨੇ ਵੱਡੇ ਵੱਡੇ ਦਰਖਤ ਆ ਅੰਬ ਦੇ ਜਾਮਨ ਦੇ ਵੀ ਹਾਥੀਆਂ ਦੇ ਆਕਾਰ ਦੇ ਫਲ ਲੱਗਦੇ ਆ ਉਹਨਾਂ ਨੂੰ ਅੱਛਾ ਤੇ ਉੱਤੇ ਇਹੋ ਜਿਹੇ ਦਰਖਤ ਆ ਜਿਨ੍ਹਾਂ ਦੀਆਂ ਖੋੜਾਂ ਚੋਂ ਸ਼ਹਿਦ ਦੀਆਂ ਨਦੀਆਂ ਵਗਦੀਆਂ ਅੱਛਾ 40 40 ਫੁੱਟ ਚੌੜੀਆਂ ਠੀਕ ਹੈ ਇਹਦੇ ਨਾਲ ਨਾਲ ਉਹਨਾਂ ਦਾ ਇੱਕ ਪ੍ਰੇਵਰਤਨਾ ਦਾ ਰਾਜਾ ਹੋਇਆ। ਉਹਨੂੰ ਸੂਰਜ ਤੇ ਗੁੱਸਾ ਆਇਆ ਵੀ ਇਹ ਜਦੋਂ ਇੱਕ ਸਮੇਰੂ ਪਹਾੜ ਦੇ ਦਵਾਰੇ ਢੇੜਾ ਲਾਉਂਦਾ ਹੈ। ਇੱਕ ਪਾਸੇ ਹਨੇਰਾ ਹੋ ਜਾਂਦਾ ਹੈ, ਦੂਜੇ ਪਾਸੇ ਚਾਨਣ ਹੋ ਜਾਂਦਾ ਹੈ। ਜਿੱਧਰ ਜਾਂਦਾ ਉਧਰ ਚਾਨਣ ਹੋ ਜਾਂਦਾ ਦੂਜੇ ਪਾਸੇ ਹਨੇਰਾ ਹੋ ਜਾਂਦਾ ਹੈ। ਤੇ ਉਹਨੇ ਚਾਨਣ ਕਰਨ ਲਈ ਆਪਣਾ ਰੱਥ ਕੱਢਿਆ, ਰੱਥ ਤੇ ਚੜ ਗਿਆ ਤੇ ਉਹ ਸੁਨਹਿਰੀ ਰੱਥ ਸੀ। ਉਹਦੇ ਨਾਲ ਉਹਨੇ ਦੂਜੇ ਪਾਸੇ ਚਾਨਣ ਕਰ ਦਿੱਤਾ। ਅੱਛਾ। ਇਹ ਗੱਲਾਂ ਜਿਹੜੀਆਂ ਇਹ ਤਾਂ ਖੈਰ ਨਾਰਮਲ ਜੀਆਂ ਗੱਲਾਂ ਜਿਹੜੀਆਂ ਸਿਰਫ ਸ੍ਰਿਸ਼ਟ ਇਹਦੀ ਉਤਪਤੀ ਬਾਰੇ ਮੈਂ ਗੱਲ ਕਰ ਰਿਹਾ ਹਾਂ ਠੀਕ ਹੈ ਜੀ ਗੰਗਾ ਹੁਣ ਹੁਣ ਆ ਜਾਈਏ ਸਾਇੰਟਿਫਿਕ ਓਪੀਨੀਅਨ ਤੇ ਹੈਨਾ ਹਾਂ ਸਾਇੰਟਿਫਿਕ ਓਪੀਨੀਅਨ ਹੈ ਜੀ ਗੰਗਾ ਦੀ ਉਤਪਤੀ ਉਹ ਕਹਿੰਦੇ ਵੀ ਵਿਸ਼ਨੂੰ ਸੁਤ ਨੇ ਗੂਠੇ ਨਾਲ ਦੱਬਿਆ ਬ੍ਰਹਿਮੰਡ ਫਟ ਗਿਆ ਤੇ ਬ੍ਰਹਿਮੰਡ ਚੋਂ ਲ ਗੰਗਾ ਆਈ ਜੀਆ ਉਪਰੋਂ ਥੱਲੇ ਆ ਗਈ ਠੀਕ ਹੈ ਜੀ ਹੁਣ ਇਹ ਜਿੰਨੀਆਂ ਵੀ ਆਪਾਂ ਡਿਸਕਸ ਕੀਤੀਆਂ ਹੈਨਾ ਜਿੰਨੇ ਵੀ ਦੁਨੀਆ ਤੇ ਇਸ ਟਾਈਮ ਲੋਕ ਰਹਿੰਦੇ ਨੇ ਹਾਂਜੀ 90% ਦੇ ਲੋਕ ਹਾਂਜੀ ਇਹਨਾਂ ਵਿੱਚੋਂ ਕੋਈ ਨਾ ਕੋਈ ਇੱਕ ਥਿਉਰੀ ਨੂੰ ਮੰਨਦੇ ਨੇ ਹਾਂਜੀ ਪਰ ਚਾਰਲਸ ਡਾਰਵਿਨ ਨੇ ਨਹੀਂ ਮੰਨਿਆ ਹਾਂ ਉਹਨੇ ਕੀ ਕਿਹਾ ਉਹਨੇ ਕਿਹਾ ਵੀ ਇਹ ਇਸ ਰੂਪ ਚ ਨਹੀਂ ਹੋਇਆ ਉਹਨੇ ਉਹਨੂੰ ਇਹ ਜਿਵੇਂ ਰਿਸਰਚ ਸ਼ੁਰੂ ਕਰ ਦਿੱਤੀ ਵੀ ਇਹ ਸਾਰਾ ਕੁਝ ਡਿਫਰੈਂਟ ਜਿਹੜੇ ਆ ਅਮੀਬਾ ਵਗੈਰਾ ਛੋਟੇ ਛੋਟੇ ਜਾਨਵਰ ਕਿਵੇਂ ਕਿਵੇਂ ਹੋਏ ਕਿਵੇਂ ਰਿਲੇਸ਼ਨ ਕੀ ਹੈ ਇਹਨਾਂ 'ਚ ਡਿਫਰੈਂਸ ਕੀ ਆ ਆਪਸ ਵਿੱਚ ਉਹਦੇ 'ਚ ਜਦੋਂ ਉਹਨੇ ਕੰਡਿਆ ਵੀ ਇਹ ਧਰਤ ਇੱਕ ਦਿਨ ਇੱਥੇ ਕੁਝ ਨਹੀਂ ਸੀ ਅੱਛਾ ਬਿਗ ਬੈਂਗ ਵਾਲੀ ਥਿਊਰੀ ਜਿਹੜੀ ਚੱਲਦੀ ਆ ਉਹ ਇਸ ਤਰ੍ਹਾਂ ਚੱਲਦੀ ਆ ਵੀ ਧਰਤੀ ਜਿਹੜਾ ਸਾਰਾ ਮਾਦਦਾ ਇੱਕ ਅੱਗ ਦੇ ਗੋਲੇ ਦੇ ਰੂਪ ਚ ਬਹੁਤ ਕੰਜਸਟ ਬਹੁਤ ਹੀ ਜ਼ਿਆਦਾ ਇਕੱਠਾ ਘੁੰਮ ਰਿਆ ਸੀ اچਾਨੋਂ ਕਿਸੇ ਕਰ ਨੂੰ ਫਟ ਗਿਆ ਉਹ ਗੋਲਾ ਕਿੱਥੋਂ ਆਇਆ ਕਿਉਂ ਫਟਿਆ ਇਹ ਚੀਜ਼ ਤੱਕ ਅਜੇ ਸਾਇੰਸ ਨਹੀਂ ਪਹੁੰਚੀ ਠੀਕ ਹੈ ਫਟਣ ਤੋਂ ਬਾਅਦ ਉਹ ਬਹੁਤ ਸਾਰੇ ਗੋਲਿਆਂ ਚ ਵੰਡਿਆ ਗਿਆ ਘੁੰਮਦਾ ਰਿਹਾ ਬ੍ਰਹਿਮੰਡ ਚ ਉਹਦੇ ਵਿੱਚੋਂ ਹੀ ਸੂਰਜ ਅੱਡ ਹੋਇਆ ਉਹਦੇ ਵਿੱਚੋਂ ਹੀ ਹੋਰ ਬਹੁਤ ਸਾਰੇ ਗ੍ਰਹਿ ਜਿਹੜੇ ਅੱਡ ਹੋਏ ਤੇ ਘੁੰਮਦੇ ਘੁੰਮਦੇ ਹੌਲੀ ਹੌਲੀ ਉਹ ਠੰਡੇ ਹੁੰਦੇ ਗਏ ਕੁਝ ਠੰਡੇ ਆ ਕੁਝ ਅੱਜ ਵੀ ਅੱਗੇ ਦੇ ਗੋਲੇ ਆ ਸੂਰਜ ਵਾਂਗੂ ਹਮ ਸੂਰਜ ਦਾ ਇੱਕ ਟੋਟਾ ਜਿਹੜਾ ਉਹ ਧਰਤੀ ਬਣ ਗਿਆ ਠੀਕ ਹੈ ਸੂਰਜ ਤੋਂ ਇੱਕ ਟੋਟਾ ਡਿੱਗਿਆ ਉਹ ਆਪਣੇ ਆਪ 'ਚ ਘੁੰਮਦਾ ਘੁੰਮਦਾ ਹੌਲੀ ਹੌਲੀ ਠੰਡਾ ਹੁੰਦਾ ਰਿਹਾ ਸੂਰਜ ਦੇ ਦੁਆਲੇ ਘੁੰਮਦਾ ਰਿਹਾ ਹਮ ਤੇ ਕੋ ਆਪਣੇ ਆਪ ਵੀ ਘੁੰਮਦਾ ਰਿਹਾ ਤੇ ਕਈ ਅਰਬਾਂ ਸਾਲ ਲੱਗ ਗਏ ਇਹਨੂੰ ਠੰਡੇ ਹੋਣ 'ਚ ਅਰਬਾਂ ਸਾਲਾਂ ਠੰਡੇ ਹੋਣ ਤੋਂ ਬਾਅਦ ਜਿਹੜਾ ਆਕਸੀਜਨ ਤੇ ਨਾਈਟ੍ਰੋਜਨ ਹਾਈਡਰੋਜਨ ਮਿਲ ਕੇ ਪਾਣੀ ਬਣਿਆ। ਇਹ ਗੈਸਾਂ ਕੋ ਉਮਰੀਆਂ ਸੀ ਉਹ ਮਿਲ ਗਿਆ ਕਿਸੇ ਕਾਰਨ ਪਾਣੀ ਬਣਿਆ। ਪਾਣੀ ਜਿਹੜਾ ਉਹਨੇ ਹੌਲੀ-ਹੌਲੀ ਧਰਤੀ ਨੂੰ ਫਿਰ ਠੰਡਾ ਕਰਨਾ ਸ਼ੁਰੂ ਕਰਤਾ। ਮੀਂਹ ਪੈ ਗਿਆ, ਗਰਮੀ ਨਾਲ ਉੱਡ ਗਿਆ, ਫਿਰ ਮੀਂਹ ਪੈ ਗਿਆ, ਫਿਰ ਉੱਡ ਗਿਆ। ਉਹ ਵਾਰ-ਵਾਰ ਮੀਂਹ ਪੈ-ਪੈ ਕੇ ਧਰਤੀ ਠੰਡਿਆ ਹੁੰਦਿਆਂ ਕਈ ਲੱਖਾਂ ਸਾਲ ਲੱਗੇ। ਠੀਕ ਹੈ। ਧਰਤੀ ਨੂੰ ਇਹ ਹਾਲਤ 'ਚ ਆਉਂਦਿਆ। ਠੀਕ ਹੈ। ਥੋੜਾ ਕਰੋੜਾਂ ਸਾਲ ਲੱਗੇ। ਠੀਕ ਹੈ ਧਰਤੀ ਜਦੋਂ ਘੁੰਮ ਰਹੀ ਸੀ ਅਜੇ ਉਹਦਾ ਉਹਦੇ ਉੱਪਰ ਅਜੇ ਲਾਵਾ ਸੀ ਧਰਤੀ ਪੂਰੀ ਠੰਡੀ ਨਹੀਂ ਸੀ ਹੋਈ ਗੈਸਾਂ ਤੋਂ ਲਾਵਾ ਬਣ ਚੁੱਕੀ ਸੀ ਕੋਈ ਹੋਰ ਉੱਪਰੋਂ ਟੁੱਟ ਕੇ ਵੱਡੇ ਆ ਕੇ ਡਿੱਗਿਆ ਵਿੱਚ ਤੇ ਉੱਥੋਂ ਜਿਵੇਂ ਸ਼ਾਫਾ ਚਿਕੜ ਡਿੱਗ ਪੱਥਰ ਮਾਰ ਗਿਆ ਚਿਕੜ ਤੇ ਕੋਈ ਚਿਕੜ ਦਾ ਆਲੇ ਦੁਆਲੇ ਖਿਲਰ ਜਾਂਦਾ ਹੈ ਉੱਥੋਂ ਇੱਕ ਚਿਕੜ ਦਾ ਟੋਟਾ ਵੱਡਾ ਸਾਰਾ ਟੁਕੜਾ ਉਹ ਖਿਲਰਿਆ ਤੇ ਉਹ ਚੰਦ ਬਣ ਗਿਆ अच्छा वे ओ चांद आले-ਦwale ਚਿੱਕੜ ਜਿਹੜਾ ਸੀ ਧਰਤੀ ਦੀ ਖਿੱਚ ਦੇ ਕਾਰਨ ਹੂੰ ਉਹ ਆਪਣੇ ਆਪ ਵੀ ਉਹਦੀ ਵੱਡਾ ਸੀ ਟੋਟਾ ਇਸ ਕਰਕੇ ਉਹਦੀ ਆਪਣੀ ਗੁਰੂਤਮ ਸ਼ਕਤੀ ਵੀ ਸੀ ਹੂੰ ਆਪਣੇ ਆਪ ਚ ਵੀ ਸੀਗਾ ਤੇ ਨਾਲ ਧਰਤੀ ਦੀ ਖਿੱਚ ਕਰਕੇ ਉਹਦੀ ਦੁਆਲੇ ਘੁੰਮਣ ਲੱਗ ਗਿਆ ਜਿਹੜੇ ਖਾਣ ਲੱਗ ਗਿਆ ਉਹ ਹੌਲੀ-ਹੌਲੀ ਠੰਡਾ ਹੁੰਦਾ ਹੁੰਦਾ ਉਹ ਧਰਤੀ ਨਾਲੋਂ ਬਹੁਤ ਬਾਅਦ ਵਿੱਚ ਚੰਦ ਪੈਦਾ ਹੋਇਆ ਹੂੰ ਉਹ ਚੰਦ ਜਿਹੜਾ ਹੈ ਅਗਲੇ ਸਟੇਜ ਤੇ ਅੱਗੇ ਉਹ ਹੌਲੀ-ਹੌਲੀ ਤਾਂ ਹੀ ਉਹਨੂੰ ਧਰਤੀ ਦਾ ਆਪਾਂ ਇੱਕ ਟੁਕੜਾ ਹੀ ਮੰਨਦੇ ਆ ਤੇ ਉਹ ਚੰਦ ਹੁੰਦਾ ਹੈ ਤੇ ਧਰਤੀ ਜਿਹੜੀ ਆ ਉਹਦੇ ਵਿੱਚ ਜੀਵਨ ਦੀ ਜੋਗ ਹਾਲਤਾਂ ਨਹੀਂ ਸੀ ਨਹੀਂ ਸੀ ਨਾ ਕਰੋੜਾ ਸਾਲ ਹੋਰ ਲੰਘ ਗਏ ਜਦੋਂ ਧਰਤੀ ਠੰਡੀ ਹੋਈ ਫਿਰ ਪਾਣੀ ਦੇ ਵਿੱਚ ਆ ਕੇ ਪਾਣੀ ਇਕੱਠਾ ਹੋ ਗਿਆ ਤੇ ਉਦੋਂ ਹੌਲੀ-ਹੌਲੀ ਜਿਹੜੇ ਵਨ ਸੈਲੀ ਜੀਵ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਪੈਦਾ ਹੋਣੇ ਜੈਲੀ ਪੈਦਾ ਹੋਈਆਂ ਜਿਵੇਂ ਅੱਜ ਉਲਲੀ ਟਾਈਪ ਲੱਗ ਜਾਂਦੀ ਆ ਪਾਣੀ ਦੇ ਵਿੱਚ ਆਪਾਂ ਜਾਲਾ ਜਾਲ ਲੱਗ ਜਾਂਦਾ ਇਸ ਤਰ੍ਹਾਂ ਦੇ ਜਾਲਿਆਂ ਤੋਂ ਅੱਗੇ ਡਿਵੈਲਪ ਹੁੰਦਾ ਹੁੰਦਾ ਫਿਰ ਵਨ ਸੈਲ ਜੀਵ ਬਣੇ ਫਿਰ ਇੱਕ ਸੈਲ ਦੋ ਦੋਆਂ ਨੂੰ ਜੁੜ ਕੇ ਬਣੇ ਸੈਲ ਨੂੰ ਟੁੱਟ ਕੇ ਵਿਧੇਰੇ ਬਣੇ ਇਸ ਤਰ੍ਹਾਂ ਜਿਹੜਾ ਜੀਵ ਜਿਹੜਾ ਹੈ ਅਰਬਾਂ ਸਾਲ ਲੱਗੇ ਫਿਰ ਇਹਨੂੰ ਅੱਗੇ ਚੱਲਦੇ ਆ ਹੂੰ ਫਿਰ ਮਨੁੱਖ ਕਿਵੇਂ ਬਣਿਆ ਜੀ ਹਾਂ ਮਨੁੱਖ ਤੱਕ ਪਹੁੰਚਦਿਆਂ ਪਹੁੰਚਦਿਆ 3.5 ਕਰੋੜ ਸਾਲ ਪਹਿਲਾਂ ਅਣੂਆਂ ਤੋਂ ਸੈੱਲ ਬਣੇ ਹੂੰ ਉਸ ਤੋਂ ਬਾਅਦ ਅੱਗੇ ਜਿਹੜਾ ਬਨਸਪਤੀ ਤੇ ਪ੍ਰਾਣੀ ਜਗਤ ਆ ਇਹ 150 ਕਰੋੜ ਸਾਲ ਪਹਿਲਾਂ ਬਣਿਆ। ਅੱਛਾ। ਅਸਫੰਜ ਜਿਹੜੀ ਆ ਜਿਹੜੀ ਲੇਖਣ ਨੂੰ ਜੀਵ ਨਹੀਂ ਲੱਗਦੀ ਪਰ ਉਹ ਵਿਚਕਾਰ ਆ ਨਾ ਜੀਵ ਤੇ ਜੀਵ ਦੇ ਵਿਚਕਾਰ ਜੇ। ਉਹ 75 ਕਰੋੜ ਸਾਲ ਪਹਿਲਾਂ ਅਸਫੰਜ ਜਿਹੜੀ ਆ ਉਹ ਪੈਦਾ ਹੋਈ। ਉਹ ਉਹ ਤੋਂ ਅੱਗੇ ਡਿਵੈਲਪ ਹੋਏ ਇੱਕ ਪਾਸਾ ਤਾਂ ਪ੍ਰਾਣੀਆਂ ਵੱੋਧਿਆਂ ਵੱਲੋਂ ਚਲੇ ਗਿਆ। ਇੱਕ ਪਾਸਾ ਜਿਹੜਾ ਪ੍ਰਾਣੀਆਂ ਵੱਲੋਂ ਚਲੇ ਗਿਆ ਤੇ ਇਹ ਵੱਧਦਾ-ਵੱਧਾ ਫਿਰ ਜਦੋਂ ਇਹ ਮਰੁੱਖ ਦੀ ਵਾਰੀ ਆਉਂਦੀ ਆ। ਮੱਛੀਆਂ ਮੱਛੀਆਂ ਤੋਂ ਡੱਡੂ ਉਹਨਾਂ ਤੋਂ ਬਹੁਤ ਸਾਰੀਆਂ ਜਿਹੜੀਆਂ ਇਸ ਕਰਕੇ ਮੱਛੀਆਂ ਤੋਂ ਲੱਡੂ ਬਣੇ ਜਿਹੜੀਆਂ ਮੱਛੀਆਂ ਬਾਹਰ ਡਿੱਗ ਗਈਆਂ ਸਮੁੰਦਰ ਤੋਂ ਬਾਹਰ ਆ ਕੇ ਕਿਸੇ ਕਾਰਨ ਉਹਨਾਂ ਨੂੰ ਜ਼ਮੀਨ ਤੇ ਰਹਿਣਾ ਪਿਆ ਜਿੱਥੇ ਪਾਣੀ ਨਹੀਂ ਸੀ ਹੂੰ ਕੁਝ ਤਾਂ ਬਚ ਗਈਆਂ ਉਹਨਾਂ ਹਾਲਤਾਂ 'ਚ ਦਲਦਲ 'ਚ ਚਿੱਕੜ 'ਚ ਉਹਨਾਂ ਨੇ ਆਪਣੇ ਆਪ ਨੂੰ ਉਹਦੇ ਮੁਤਾਬਕ ਢਾਲ ਲਿਆ ਹੂੰ ਉਹ ਪਾਣੀ ਤੋਂ ਬਾਹਰ ਵੀ ਜੀਣਾ ਸਿੱਖ ਗਈਆਂ ਤੇ ਫਿਰ ਅੱਜ ਵੀ ਬਹੁਤ ਸਾਰੀਆਂ ਮੱਛੀਆਂ ਪਾਣੀ ਤੋਂ ਬਾਹਰ ਜੀ ਲੈਂਦੀਆਂ ਐ ਅੱਛਾ ਤੁਸੀਂ ਵੇਚਣ ਵਾਲੇ ਤੁਸੀਂ ਬੱਚੀਆਂ ਵਾਲੇ ਬਣਾਉਂਦੇ ਆ ਜਿਹੜੇ ਵੇਚਦੇ ਆ ਮੱਛੀਆਂ ਉਹ ਲਿਆ ਕੇ ਬਾਹਰ ਰੱਖ ਛੱਡ ਦਿਆ ਉਹ ਕਹਿੰਦੇ ਇਹਨਾਂ ਦੇ ਨਹੀਂ ਮਰਨਾ ਉਹ ਨਹੀਂ ਮਰਦੀਆਂ ਹੂੰ ਉਹ ਜਿਨ੍ਹਾਂ ਕੋਲ ਜਿਨ੍ਹਾਂ ਦੇ ਫੇਫੜੇ ਵੀ ਹੁੰਦੇ ਆ ਤੇ ਗਲਫੜ ਵੀ ਹੁੰਦੇ ਆ ਉਹ ਜਿਨ੍ਹਾਂ ਦੇ ਫੇਫੜੇ ਹੈਗੇ ਆ ਉਹ ਬਾਹਰ ਸਾਹ ਲੈ ਲੈਂਦੀਆਂ ਹੂੰ ਉਹਨਾਂ ਚੋਂ ਡੱਡੂਆਂ ਦੀ ਕਿਸਮ ਪੈਦਾ ਹੋਈ ਡੱਡੂਆਂ ਤੋਂ ਅੱਗੇ ਫਿਰ ਹੌਲੀ-ਹੌਲੀ ਕਰੋੜਾਂ ਸਾਲਾਂ ਚ ਕਿਰਲੇ ਛੱਪ ਉੱਡਣ ਵਾਲੇ ਜਾਨਵਰ ਜਿਹੜੇ ਆ ਉਹ ਹਾਲਾਤਾਂ ਮੁਤਾਬਕ ਪੈਦਾ ਹੁੰਦੇ ਗਏ ਸ਼ਾਰਟ ਚ ਆਪਾਂ ਬਹੁਤੀ ਨਹੀਂ ਦੱਸ ਸਕਦੇ ਜੇ ਵਿਜ਼ੂਅਲਾਈਜ਼ ਹੋਵੇ ਤੇ ਫੇਰ ਬਹੁਤ ਵਧੀਆ ਗੱਲ ਬਣਦੀ ਹੈ ਅੱਛਾ ਜੀ ਦੇਖੋ ਹੁਣ ਹੋਰ ਅੱਗੇ ਆ ਗਿਆ ਆਦਮੀ ਹਮ ਇਸ ਤੋਂ ਬਾਅਦ ਪੈਦਾ ਹੁੰਦਿਆਂ ਹੁੰਦਿਆਂ ਜਿਹੜੇ ਆ ਫਿਰ ਇੱਕ ਡਾਇਨਾਸੌਰ ਸੁਣਿਆ ਜਿਹੜੇ 30 ਕਰੋੜ ਸਾਲ ਪਹਿਲਾਂ ਖਤਮ ਹੋ ਗਏ ਹਮ ਅਗਲੇ ਬਸੇ 4 ਕਰੋੜ ਵਰੇ ਪਹਿਲਾਂ ਇਹਨਾਂ ਚੋਂ ਹੀ ਇੱਕ ਟਾਰਜ਼ੀਅਰ ਜਿਵੇਂ ਵਣਮਾਨਸ ਹੁੰਦੇ ਆ ਬੰਦਰ ਹੁੰਦੇ ਆ ਪਰ ਇਹਨਾਂ ਦੀ ਸਭ ਪਹਿਲੀ ਕਿਸਮ ਜਿਹੜੀ ਸੀ ਸ਼੍ਰਿਊ ਲੀਮਰ ਟਰਜ਼ੀਅਰ ਅੱਛਾ ਉਹਨਾਂ ਦੇ ਨਾਂ ਹੀ ਰੱਖੇ ਗਏ ਆ ਉਹਨਾਂ ਬੰਦੇ ਸੀ ਨਾ ਬਾਂਦਰ ਸੀ ਨਾ ਚੰਪੈਜੀ ਸੀ ਨਾ ਇਸ ਤਰ੍ਹਾਂ ਦੇ ਪਰ ਇਹਨਾਂ ਤੋਂ ਵੀ ਪਹਿਲਾਂ ਵਾਲੀ ਹਾਲਤ ਜਿਹੜੀ ਉਹਨਾਂ ਦੀ ਸੀ ਉਸ ਰੂਪ ਚ ਸੀਗੇ ਉਹ ਜਿਹੜੇ ਪੈਦਾ ਹੋਏ ਤੇ ਉਹਨਾਂ ਤੋਂ ਅੱਗੇ ਚੰਪੈਜੀ ਗਿਬਨ ਚੰਪੈਜੀ ਗਿਬਨ ਬਾਂਦਰ ਅੱਜ ਜਿਹੜਾ ਮਨੁੱਖ ਅੱਜ ਦਾ ਮਨੁੱਖ ਆ ਇਹ ਚੰਪੈਜੀ ਦੇ ਬਹੁਤ ਨੇੜੇ ਆ 95% ਡੀਐਨਏ ਸਾਡਾ ਜਿਹੜਾ ਉਹ ਚਮਪੈਜ਼ੀ ਨਾਲ ਮਿਲਦਾ ਹੈ। ਹੂੰ ਉਹ ਸਾਡਾ ਲਾਸਟ ਜਿਹੜਾ ਉਹਨਾਂ ਪੂਰਵਜਾਂ ਚੋਂ ਆ ਉਹ ਚਮਪੈਜ਼ੀ ਆ। ਹੂੰ ਜਿਹੜਾ ਸਾਡੇ ਭਾਈਚਾਰੇ ਚ ਅੱਜ ਵੀ ਨੇੜੇ ਆ। ਉੱਥੋਂ ਹੀ ਫਿਰ ਅੱਡ ਹੋ ਗਏ ਬਾਂਦਰ ਲੂੰਬੜ ਵਗੈਰੇ ਜਿਹੜੇ ਵਗੈਰਾ ਦੂਸਰੇ ਆ ਗਿਆ ਬਨਮਾਨਸ ਤੇ ਬੰਦਰ ਇਹ ਅੱਡ ਹੁੰਦੇ ਹੁੰਦੇ ਹੋਰ ਲੈ ਇਹਨਾਂ ਨੂੰ ਨਿਕਲਦੇ ਗਏ ਬੰਦੇ ਜਿਹੜੇ ਸੁਧਾਰਵਾਲ ਨੂੰ ਹੁੰਦੇਗੇ ਬੰਦੇ ਚਾਰ ਪੈਰਾਂ ਤੇ ਕਿਉਂ ਹੋਏ ਬਾਂਦਰਾਂ ਚੋਂ ਨਿਕਲ ਕੇ ਬਾਂਦਰਾਂ ਦੇ ਪੂਰਵਜਾਂ ਚੋਂ ਨਿਕਲ ਕੇ ਇਕਸਟਰੀ ਸਵਾਲ ਕੀਤਾ ਜਾਂਦਾ ਵੀ ਜਿਹੜੇ ਆ ਅੱਜ ਬਾਂਦਰ ਬੰਦੇ ਕਿਉਂ ਨਹੀਂ ਕਿਉਂ ਨਹੀਂ ਬਣ ਸਕਦੇ ਸਾਇੰਸ ਕਹਿੰਦੀ ਆ ਵੀ ਬੰਦਿਆਂ ਤੋਂ ਬਾਂਦਰਾਂ ਤੋਂ ਬੰਦੇ ਬਣੇ ਸਾਇੰਸ ਕਿਤੇ ਨਹੀਂ ਕਹਿੰਦੀ ਵੀ ਮੈਂ ਫਿਰ ਨੋਟ ਕਰਾ ਦਿਆਂਗਾ ਨਹੀਂ ਕਹਿੰਦੀ ਉਹਨੂੰ ਸਾਇੰਸ ਕਿਤੇ ਨਹੀਂ ਕਹਿੰਦੀ ਕਿ ਬਾਂਦਰਾਂ ਤੋਂ ਬੰਦੇ ਬਣੇ ਹੂੰ ਇਹ ਉਹ ਕਹਿੰਦੇ ਆ ਜਿਹੜੇ ਸਾਇੰਸ ਦੇ ਦੁਸ਼ਮਣ ਆ ਜਿਹੜੇ ਅੰਧਵਿਸ਼ਵਾਸ ਫੈਲਾਉਣਾ ਚਾਹੁੰਦੇ ਜਿਹੜੇ ਟੀਚਰਾਂ ਕਰਦੇ ਆ ਸਾਇੰਸ ਨੂੰ ਹੂੰ ਸਾਇੰਸ ਇਹ ਕਹਿੰਦੀ ਆ ਵੀ 3 ਕਰੋੜ ਸਾਲ ਪਹਿਲਾਂ ਦੇ ਜਿਹੜੇ ਪੂਰਵਜ ਸੀਗੇ ਜਿਹੜੇ ਬਾਂਦਰਾਂ ਦੇ ਮਨੁੱਖ ਦੇ ਚਮਪੈਜ਼ੀ ਦੇ ਤੇ ਮਨੁੱਖਾਂ ਦੇ ਉਹ ਇੱਕ ਸੀਗੇ ਹੂੰ 3 ਕਰੋੜ ਸਾਲ ਪਹਿਲਾਂ ਇੱਕ ਸੀਗੇ ਜਿਹੜੇ ਵੱਡੇ-ਵਡੇਰੇ ਸਾਡੇ ਅੱਛਾ ਉਸ ਤੋਂ ਬਾਅਦ ਅਸੀਂ ਵੱਖ-ਵੱਖ ਪਾਸਿਆਂ ਨੂੰ ਚਲੇ ਗਏ ਬਾਂਦਰ ਹੋਰ ਪਾਸੇ ਡਵੈਲਪ ਹੋ ਗਏ ਚੈਂਪੀਜ਼ੀ ਹੋਰ ਪਾਸੇ ਹੋ ਗਏ ਮਨੁੱਖ ਹੋਰ ਪਾਸੇ ਹੁੰਦਾ ਗਿਆ ਤੇ ਇਹ ਕਿਉਂ ਹੋਇਆ ਬੰਦਾ ਜਿਹੜਾ ਉਹ ਚਾਰ ਪੈਰਾਂ ਤੇ ਕਿਉਂ ਆਇਆ ਇਹ ਇੱਕ ਵੱਖਰੀ ਸਟੋਰੀ ਆ ਹੁਣ ਸਮ ਅਪ ਕਰਦੇ ਆ ਸਰਪਜੀਤ ਜੀ ਜੀ ਸਾਰੀਆਂ ਥਿਉਰੀਜ਼ ਮੈਂ ਕਹੂੰਗੀ ਇਨਕਲੂਡਿੰਗ ਚਾਰਲਸ ਡਾਰਵਿਨ ਵਾਲੀ ਥਿਉਰੀ ਕੋਈ ਵੀ ਪਰੂਵ ਨਹੀਂ ਹੋ ਸਕਦੀ ਜਿਹੜੀਆਂ ਜਿਹੜੀਆਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਉਹ ਜੇ ਆਪਾਂ ਕਹਿੰਦੇ ਆਂ ਵੀ ਜ਼ਰੂਰਤ ਜਾਂ ਡਰ ਚੋਂ ਉਤਪਤ ਉਹਨਾਂ ਦੀ ਉਤਪਤੀ ਹੋਈ ਹੈ ਤਾਂ ਚਾਰਲਸ ਡਾਰਵਿਨ ਵਾਲੀ ਜਿਹੜੀ ਥਿਉਰੀ ਹੈਗੀ ਆ ਉਹਦੀ ਉਤਪਤੀ ਕਿੱਥੋਂ ਹੋਈ ਹੈ ਜੀ ਉਹਦੀ ਡਰ ਚੋਂ ਨਹੀਂ ਹੋਈ ਜਿਹੜੀਆਂ ਥਿਉਰੀਆ ਧਾਰਮਿਕ ਗ੍ਰੰਥਾਂ ਚਾ ਉਹ ਕਲਪਨਾਵਾਂ ਚੋਂ ਹੋਈਆਂ ਲੋੜ ਸੀ ਵੀ ਇਹ ਕਿੰਜ ਹੋਇਆ ਸਵਾਲਾਂ ਦੇ ਜਵਾਬ ਜੋ ਆਦਮੀ ਨੂੰ ਸੁਝੇ ਉਹਨਾਂ ਨੇ ਦਿੱਤੇ ਹੂੰ ਜੋ ਅੱਗੇ ਪੀੜੀ ਦਰ ਪੀੜੀ ਲੇਖਿਕ ਚੱਲਦੇ ਰਹੇ ਲਿਖੇ ਗਏ ਜਿਹੜੀ ਚਾਰਲਸ ਡਾਰਵਿਨ ਨੇ ਥਿਊਰੀ ਦਿੱਤੀ ਐ ਸਾਇੰਸ ਜਦੋਂ ਵੀ ਕੁਝ ਕਹਿੰਦੀ ਆ ਉਹ ਕਹਿੰਦੀ ਨਹੀਂ ਉਹ ਮੰਨਦੀ ਨਹੀਂ ਉਹ ਮੈਥ ਨਹੀਂ ਲੈਂਦੀ ਵੀ ਇਹਦਾ ਹੋਇਆ ਹੋਊਗਾ ਉਹ ਪ੍ਰੂਵ ਕਰਦੀ ਆ ਪਹਿਲਾਂ ਹੂੰ ਤੇ ਇਹਦੇ ਤੇ ਹਜ਼ਾਰਾਂ ਲੱਖਾਂ ਲੋਕਾਂ ਨੇ ਰਸਰਜ ਕੀਤੀ ਵਾਰ-ਵਾਰ ਫੇਲ ਕਰਨ ਵਾਸਤੇ ਤੇ ਇੰਜ ਨਹੀਂ ਹੋਇਆ ਜਿਵੇਂ ਤੂੰ ਕਹਿਣਾ ਤੇ ਉਹਨਾਂ ਉਹਨੇ ਸਾਬਤ ਕਰਕੇ ਦਿਖਾਇਆ ਵੀ ਇੰਜ ਹੋਇਆ ਓਕੇ ਇਹ ਬਹੁਤ ਲੰਬਾ ਤੇ ਬਰੀਕੀ ਚ ਜਾਣ ਵਾਲਾ ਵਿਸ਼ਾ ਹੈਗੇ ਕਿ ਉਸ ਕਿਵੇਂ ਪਤਾ ਲੱਗਦਾ ਵੀ ਆਹ ਇਸ ਤੋਂ ਪਹਿਲਾਂ ਏ ਸੀ ਇਸ ਤੋਂ ਪਹਿਲਾਂ ਏ ਸੀ ਕਿਵੇਂ ਸਾਨੂੰ ਪਤਾ ਲੱਗਦਾ ਵੀ ਅੱਜ ਬੰਦਰ ਅੱਜ ਜਿਹੜਾ ਬੰਦਾ ਹੈ ਇਹ ਪਹਿਲਾਂ ਬੰਦਰ ਵਰਗਾ ਸੀ ਜਾਂ ਚਿੰਪੈਂਜੀ ਜੀ ਇਹ ਕਿਉਂ ਪਤਾ ਕਿਵੇਂ ਪਤਾ ਲੱਗਦਾ ਜੇ ਅਸੀਂ ਕਹਿੰਨੇ ਰਿਫਟ ਵੈਲੀ ਚ ਬੰਦੇ ਨੇ ਚਾਰ ਪੈਰਾਂ ਤੇ ਤੁਰਨਾ ਸਿੱਖਿਆ ਤੇ ਕਿਉਂ ਸਿੱਖਿਆ ਕਦੋਂ ਸਿੱਖਿਆ ਕਿਉਂ ਸਿੱਖਿਆ ਇਹਦਾ ਕਿਵੇਂ ਪਤਾ ਲੱਗਦਾ ਹੈ ਉਹ ਜਿਹੜੇ ਆ ਅੱਗੇ ਆ ਕੇ ਬਹੁਤ ਬਰੀਕੀ ਚ ਚਲੇ ਜਾਣਾ ਪੈਂਦਾ ਉਸ ਲਈ ਆਪਾਂ ਨੂੰ ਇੱਕ ਘੰਟਾ ਘੱਟੋ-ਘੱਟ ਚਾਹੀਦਾ ਤੇ ਤੁਸੀਂ ਟਾਈਮ ਰੱਖੋਗੇ ਤੇ ਆਪਾਂ ਜਰੂਰ ਉਹਦੇ ਤੇ ਕਰਾਂਗੇ ਕਿ ਸਾਇੰਸ ਕਿਵੇਂ ਪ੍ਰੂਵ ਕਰਦੀ ਆ ਕਿਉਂਕਿ ਆਰਕੀਓਲੋਜੀਕਲ ਸਾਇੰਸ ਜਿਹੜੀ ਆ ਆਰਕੀਓਲੋਜੀਕਲ ਹਿਸਟਰੀ ਮਨੁੱਖ ਦੀ ਹਿਸਟਰੀ ਜਿਹੜੀ ਆ ਜਦੋਂ ਉਹ ਆਰਕੀਓਲੋਜੀ ਰਹੀਂ ਪੂਰੀ ਪ੍ਰੂਵ ਹੁੰਦੀ ਆ ਤੇ ਫਿਰ ਪਤਾ ਲੱਗਦਾ ਇਹ ਵੈਸੇ ਕਿੱਥੋਂ ਕਿੰਦਰ ਨੂੰ ਜਾ ਰਹੇ ਆ ਜਿਹੜੇ ਇਹ ਕਹਿੰਦੇ ਵੀ 2 ਲੱਖ ਸਾਲ ਪਹਿਲਾਂ ਫਲਾਣਾ ਹੋਇਆ ਵੀ ਉਹ ਝੂਠ ਕਿਉਂ ਆ ਵੀ ਬੰਦਾ ਤਾਂ 200 ਵੱਲੇ ਵਾਲੀ ਸ਼ੇਪ ਸਮਾਜ ਦੀ ਅੱਜ ਵਾਲੀ ਸ਼ੇਪ ਤਾਂ 20,000 ਸਾਲ ਪਹਿਲਾਂ ਆਇਆ। ਹੂੰ। ਅੱਛਾ ਤੁਸੀਂ ਆਪਾਂ ਸਟਾਰਟ ਕੀਤਾ ਸੀ ਨਾ ਜਦੋਂ ਪ੍ਰੋਗਰਾਮ ਉਹ ਤੁਸੀਂ ਕਿਹਾ ਸੀ ਭਗਵਾਨ ਹੈ ਨਹੀਂ। ਹਾਂਜੀ। ਮੈਂ ਤੁਹਾਨੂੰ ਪੁੱਛਿਆ ਸੀ ਵੀ ਸਾਇੰਸ ਭਗਵਾਨ ਦੇ ਅਗੇਂਸਟ ਕਿਉਂ ਤੁਸੀਂ ਕਿਹਾ ਸੀ ਭਗਵਾਨ ਹੈ ਹੀ ਨਹੀਂਗਾ। ਹਾਂਜੀ। ਇੰਨੇ ਲੋਕ ਦੁਨੀਆ ਦੇ ਜਿਹੜੇ ਮੰਨ ਰਹੇ ਆ ਭਗਵਾਨ ਨੂੰ। ਇੱਕ ਇੱਕ ਔਰਤ ਜਦੋਂ ਬੱਚੇ ਨੂੰ ਜਨਮ ਦਿੰਦੀ ਆ ਨਾ ਸਰਬਜੀਤ ਜੀ। ਹਾਂਜੀ। ਉਦੋਂ ਮੇਰੇ ਖਿਆਲ ਸਾਬਤ ਹੋ ਜਾਂਦਾ ਵੀ ਭਗਵਾਨ ਹੈਗਾ। ਇਹਦੇ ਵੀ ਅਗੇਂਸਟ ਹੋ ਤੁਸੀਂ? ਨੇ ਉਦੋਂ ਇਹ ਸਾਬਤ ਨਹੀਂ ਹੁੰਦਾ ਭਗਵਾਨ ਹੈਗਾ ਉਹ ਕੁਦਰਤ ਦਾ ਇੱਕ ਨੈਕਸਟ ਤੁਸੀਂ ਅੱਜ ਨਹੀਂ ਜੰਮੇ ਮੈਂ ਅੱਜ ਨਹੀਂ ਜੰਮਿਆ ਮੇਰੀ ਜ਼ਿੰਦਗੀ ਲੱਖਾਂ ਸਾਲਾਂ ਤੋਂ ਚੱਲਦੀ ਆ ਰਹੀ ਅੱਗੇ ਚੱਲਣੀ ਹੈ ਭਗਵਾਨ ਤੇ ਨੇਚਰ ਆਡਾ ਡਾ ਭਗਵਾਨ ਹਾਂ ਭਗਵਾਨ ਤੇ ਨੇਚਰ ਆਡਾ ਡਾ ਭਗਵਾਨ ਉਹ ਸ਼ਕਤੀ ਮੰਨੀ ਜਾਂਦੀ ਆ ਜਿਹਨੂੰ ਤੁਸੀਂ ਪਾਠ ਪੂਜਾ ਕਰਕੇ ਚੜਾਵੇ ਚੜਾ ਕੇ ਚਾਪਲੂਸੀ ਕਰਕੇ ਖੁਸ਼ ਕਰਕੇ ਆਪਣੀ ਮਰਜ਼ੀ ਦੀ ਮੰਨਤ ਮੰਨਵਾ ਸਕਦੇ ਜੇ ਆਪਣੀ ਮਰਜ਼ੀ ਦੀਆਂ ਉਹਦੇ ਤੋਂ ਚੀਜ਼ਾਂ ਮੰਗ ਸਕਦੇ ਜੇ ਇਹੋ ਜੀ ਕੋਈ ਸ਼ਕਤੀ ਦੁਨੀਆ 'ਚ ਨਹੀਂ ਹੈਗੀ ਕੁਦਰਤ ਡਿਫਰੈਂਟ ਚੀਜ਼ਾਂ ਕੁਦਰਤ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਉਹਦੇ ਨਿਯਮਾਂ ਨੂੰ ਸਮਝ ਕੇ ਤੁਸੀਂ ਉਹਦੇ ਤੋਂ ਕੰਮ ਲੈ ਸਕਦੇ ਜੀ ਜਿਵੇਂ ਅਸੀਂ ਬਿਜਲੀ ਪੈਦਾ ਕਰ ਲਈ ਜੀ ਪਾਣੀ ਨਾਲ ਨਦੀਆਂ ਕੱਢ ਲੀਆਂ ਆਪਣੇ ਘਰਾਂ ਤੱਕ ਪਾਣੀ ਪਹੁੰਚਾ ਲਿਆ ਇਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਕਰਿਆ ਜੀ ਕੁਦਰਤ ਦੀ ਚਾਪਲੂਸੀ ਕਰਕੇ ਚੜਾਵੇ ਚੜਾ ਕੇ ਕੁਝ ਨਹੀਂ ਕਰ ਸਕਦੇ ਜਿਹੜਾ ਕਿ ਰੱਬ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਉਹਦੇ ਰੋਜ਼ ਸਵੇਰੇ ਉੱਠ ਕੇ ਪਾਠ ਕਰੋ ਉਹਦੀ ਪ੍ਰਸ਼ੰਸਾ ਕਰੋ ਉਹਦਾ ਨਾਮ ਜਪੋ ਕੁਦਰਤ ਦਾ ਨਾਮ ਜਪਣ ਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਉਹ ਇੱਕ ਮੰਨਤ ਹੈ ਕਿ ਇਸ ਤਰ੍ਹਾਂ ਦੀ ਕੋਈ ਸ਼ਕਤੀ ਆ ਉਹ ਖੁਸ਼ ਹੋ ਜਾਂਦੀ ਆ ਆਪਾਂ ਉਹਦਾ ਨਾਮ ਜਪਾਂਗੇ ਤੂੰ ਖੁਸ਼ ਹੋ ਜੂਗੀ ਤੇ ਸਾਨੂੰ ਕੁਝ ਦੇ ਦੇਊਗੀ ਉਹ ਉਹੋ ਜੀ ਕੋਈ ਸ਼ਕਤੀ ਨਹੀਂ ਦੁਨੀਆ ਨੂੰ ਚਲਾਉਣ ਵਾਲੀ ਜਿਹੜੀ ਪਾਸੇ ਬੈ ਕੇ ਚਲਾ ਰਹੀ ਹੋਵੇ ਦੁਨੀਆ એનર્ਜੀ ਦੇ ਸਿਰ ਤੇ ਚੱਲ ਰਹੀ ਆ ਤੂੰ ਆਟੋਮੈਟਿਕਲੀ ਚੱਲ ਰਹੀ ਆ ਜਿੱਦਾਂ ਉਹ ਪੈਦਾ ਹੋਇਆ ਸਾਰਾ ਕੁਝ ਇਦਾਂ ਹੀ ਉਹ ਚੱਲੀ ਜਾਂਦਾ ਹੈ ਕੁਝ ਚਲਾਉਣ ਵਾਲਾ ਬਾਹਰ ਨਹੀਂ ਬੈਠਾ ਕੋਈ ਸ਼ਕਤੀ ਨਹੀਂ ਕੋਈ ਸ਼ਕਤੀ ਚਲਾਉਣ ਵਾਲੀ ਨਹੀਂ ਹੈਗੀ ਤੇ ਬਾਕੀ ਦਿੰਦੀ ਆ ਗੱਲ ਵੀ ਜਿਹੜਾ ਧਰਮ ਨੂੰ ਨਹੀਂ ਮੰਨੂਗਾ ਉਹ ਤੇ ਸਦਾਚਾਰੀ ਨਹੀਂ ਹੋਊਗਾ ਭੈੜਾ ਹੋਊਗਾ ਸਦਾਚਾਰ ਸਮਾਜਿਕ ਦੇ ਇੱਕ ਰੂਲ ਆ ਸਮਾਜਿਕ ਸਦਾਚਾਰਿਆ ਸਮਾਜ ਨੇ ਪੈਦਾ ਕੀਤਾ ਉਹਨੂੰ ਉਹਨਾਂ ਹੀ ਚੰਗਾ ਹੋ ਸਕਦਾ ਚੰਗੇ ਗੁਣ ਉਹਦੇ 'ਚ ਹੋ ਸਕਦੇ ਜਿਹੜਾ ਰੱਬ ਨੂੰ ਮੰਨਦਾ ਤੇ ਉਹਨਾਂ ਹੀ ਚੰਗੇ ਉਹਦੇ 'ਚ ਹੋ ਸਕਦੇ ਜਿਹੜਾ ਰੱਬ ਨੂੰ ਨਹੀਂ ਮੰਨਦਾ ਨਾਸਤਿਕ ਹੋਣ ਲਈ ਸਦਾਚਾਰੀ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਨਾਸਤਿਕ ਹੋਣ ਲਈ ਸਦਾਚਾਰੀ ਹੋਣਾ ਜ਼ਰੂਰੀ ਤੌਰ ਤੇ ਜੇ ਤੁਸੀਂ ਅੰਦਰੋਂ ਚੋਰ ਜੇ ਚੋਰ ਹਮੇਸ਼ਾ ਰੱਬ ਨੂੰ ਜ਼ਿਆਦਾ ਮੰਨੂਗਾ ਜਿਹਦੇ ਮਨ ਚ ਡਰਿਆ ਉਹ ਮੰਨੂਗਾ ਨਾਸਤਿਕ ਹੋਣ ਲਈ ਤੁਹਾਨੂੰ ਨਿੱਡਰ ਹੋਣਾ ਪੈਂਦਾ ਹੈ ਨਾਸਤਿਕ ਹੋਣ ਲਈ ਤੁਹਾਨੂੰ ਖੋਜੀ ਹੋਣਾ ਪੈਂਦਾ ਹੈ ਨਾਸਤਿਕ ਹੋਣ ਲਈ ਤੁਹਾਨੂੰ ਇਹ ਸਾਰੇ ਕੁਝ ਤੋਂ ਉੱਪਰ ਉੱਠ ਕੇ ਸਦਾਚਾਰ ਨੂੰ ਸਮਾਜਿਕ ਸਦਾ ਜੇ ਗਲਤ ਆ ਤਾਂ ਮੈਨੂੰ ਕਮੈਂਟ ਡਟ ਕੇ ਕਹੂਗਾ ਵੀ ਗਲਤ ਹੈ ਇਹ ਮੈਂ ਨਹੀਂ ਮੰਨਦਾ ਪਰ ਇੰਜ ਨਹੀਂ ਡਬਲ ਕੈਰੈਕਟਰ ਨਹੀਂ ਹੋਊਗਾ ਵੀ ਉੱਤੋਂ ਤੋਂ ਮੈਂ ਮੰਨੀ ਜਾਵਾਂ ਤਾਂ ਵਿੱਚੋਂ ਨਾ ਮੰਨ ਰਿਹਾ ਹਾਂ ਰੱਬ ਦੀ ਮੌਤ ਹੋਣ ਵਾਲੀ ਆ ਜੀ ਜਲਦੀ ਰੱਬ ਦੀ ਮੌਤ ਜਲਦੀ ਹੋਣ ਵਾਲੀ ਨਹੀਂ ਕਿਉਂਕਿ ਰੱਬ ਨੂੰ ਬਚਾਉਣ ਵਾਲੇ ਜਿਹੜੇ ਆ ਨਾ ਸ਼ਾਸਕ ਵਰਗ ਤੇ ਪੁਜਾਰੀਤ ਵਰਗ ਉਹ ਬੜੇ ਤਕੜੇ ਆਉਂਦੇ ਹੱਥ 'ਚ ਪਾਵਰ ਆ ਸੱਤਾ ਵੀ ਆ ਪੈਸਾ ਵੀ ਆ ਤੇ ਟੈਕਨੀਕ ਵੀ ਸਾਰੀ ਮਿਸਯੂਜ਼ ਕੀਤੀ ਜਾ ਰਹੀ ਆ ਰੱਬ ਨੂੰ ਬਚਾਉਣ ਵਾਸਤੇ ਕਿਉਂਕਿ ਇਹ ਅੰਧਵਿਸ਼ਵਾਸ ਕਾਰਨ ਹੀ ਉਹਨਾਂ ਦਾ ਧੰਦਾ ਚੱਲਦਾ ਜਿੱਦਣ ਲੋਕ ਜਾਗ ਜਾਣਗੇ ਉਹ ਇਹ ਨਹੀਂ ਕਰੰਦੇ ਨੇ ਕਿ ਉਹਨਾਂ ਨੂੰ ਜਿੱਦਾਂ ਜਿੰਨਾ 'ਚ ਸੈਂਟਿਟਿਊਡ ਸੈਂਟੀਫਿਕ ਨਹੀਂ ਹੁੰਦਾ ਹੂੰ ਲੋਕਾਂ ਦਾ ਅਸੀਂ ਸਾਇੰਸ ਪੜ੍ਹਾ ਰਹੇ ਹਾਂ ਪਰ ਸੈਂਟੀਫਿਕ ਐਟੀਟਿਊਡ ਨਹੀਂ ਪੈਦਾ ਕਰ ਰਹੇ ਜੇ ਸਾਇੰਸ ਦਾ ਇੱਕ ਟੀਚਰ ਜਾ ਕੇ ਪਾਣੀ ਚੜਾ ਰਿਹਾ ਹੋਵੇ ਕਿ ਰੁਕ ਖੇਤਰ ਸੂਰਜ ਗ੍ਰਹਿਣ ਵਾਲੇ ਦਿਨ ਤਾਂ ਕੀ ਕਹੋਗੇ ਵੀ ਉਹ ਸਾਇੰਸ ਪੜ੍ਹਾਇਆ ਜਦੋਂ ਉਹਨੂੰ ਪਤਾ ਹੈ ਵੀ ਸੂਰਜ ਗ੍ਰਹਿਣ ਕਿਉਂ ਲੱਗਦਾ ਹੈ ਹੂੰ ਅੱਜ ਹੋਰ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸਕੂਲ ਨੇ ਪੜ੍ਹਾਉਂਦਿਆ ਵੀ ਸੂਰਜ ਗ੍ਰਹਿਣ ਕਿਉਂ ਲੱਗਦਾ ਹੈ ਸੂਰਜ ਗ੍ਰਹਿਣ ਵਾਲੇ ਦਿਨ ਦਾਨ ਕਰਨਗੇ ਹੂੰ ਕਿਉਂਕਿ ਉਹਨਾਂ ਦੇ ਦਿਮਾਗਾਂ 'ਚ ਉਹ ਵੜਿਆ ਹੋਇਆ ਸੈਂਟੀਫਿਕ ਐਟੀਟਿਊਡ ਨਹੀਂ ਪੈਦਾ ਕੀਤਾ ਗਿਆ ਹੂੰ ਇਸ ਕਰਕੇ ਜਿਨ੍ਹਾਂ 'ਚ ਸੈਂਟੀਫਿਕ ਐਟੀਟਿਊਡ ਪੈ ਦੇ ਹੌਲੀ ਹੌਲੀ ਪੈਦਾ ਹੋ ਰਿਹਾ ਹੈ ਨਵੀਂ ਪੀੜੀ ਚ ਜਾਗਰਤੀ ਆ ਰਹੀ ਆ ਜਿਵੇਂ ਜਿਵੇਂ ਜਾਗਰਤੀ ਆਊਗੀ ਤੇਵੇਂ ਤੇਵੇਂ ਰੱਬ ਬੁੱਢਾ ਹੁੰਦਾ ਜਾਊ ਕਮਜ਼ੋਰ ਹੁੰਦਾ ਜਾਊ ਤੇ ਇੱਕ ਦਿਨ ਉਹ ਇਤਿਹਾਸ ਚ ਰਹਿ ਜਾਊਗਾ ਵੀ ਕਦੇ ਇੱਕ ਰੱਬ ਹੁੰਦਾ ਸੀ ਹੂੰ ਤਾਂ ਤੁਹਾਡੀ ਇੰਟਰੋਡਕਸ਼ਨ ਮੈਂ ਕਰਾਈ ਸੀ ਰੈਸ਼ਨਲਿਸਟਿਕ ਕਹਿ ਕੇ ਜੀ ਹੁਣ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਲੱਗਦਾ ਵੀ ਮੈਂ ਬੜੇ ਦਾਅਵੇ ਨਾਲ ਕਹਿ ਸਕਦੀ ਹਾਂ ਤੁਸੀਂ ਵਾਕਈ ਰੈਸ਼ਨਲਿਸਟਿਕ ਹੋ ਸਰਮ ਜੀ ਜੀ ਆਪਾਂ ਗੱਲਬਾਤ ਆਪਾਂ ਹੋਰ ਵੀ ਸੈਗਮੈਂਟਸ ਕਰਾਂਗੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸ੍ਰਿਸ਼ਟੀ ਦੀ ਉਤਪਤੀ ਬਾਰੇ ਅੱਜ ਆਪਾਂ ਗੱਲਬਾਤ ਕੀਤੀ ਹੈ ਤੇ ਆਪਾਂ ਕਿਸ ਦਿਨ ਰੱਬ ਦੀ ਉਤਪਤੀ ਬਾਰੇ ਵੀ ਗੱਲਬਾਤ ਕਰਾਂਗੇ ਜ਼ਰੂਰ ਜੀ ਥੈਂਕ ਯੂ ਸਰਮ ਜੀ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਸਰੋਤਿਆਂ ਦਾ ਵੀ ਥੈਂਕ ਯੂ ਸੋ ਮੱਚ